ਨਾ ਕਿ ਹਰ ਇਨਸਾਨ ਨੂੰ ਆਪਣੇ ਲੈਵਲ ਦੇ ਮੁਤਾਬਕ ਜਿਸ ਤਰ੍ਹਾਂ ਵੀ ਹੋ ਸਕਦਾ ਹੈ, ਜਿਸ ਵੀ ਉਹ ਦਾਇਰੇ 'ਚ ਇਨਸਾਨੀਅਤ ਦੇ ਵਾਸਤੇ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਪਾਕਿਸਤਾਨ ਨੂੰ ਜਦੋਂ ਵੇਖੀਦਾ ਨਾ ਜੀ, ਤੇ ਦੁਬਈ ਨੂੰ ਵੇਖੀਦਾ, ਤੇ ਮੈਂ ਇਹ ਸਮਝਣਾ ਕਿ ਉਹਨਾਂ ਦੇ ਕੋਈ ਸਾਈਂ ਵਾਰਿਸ ਹੈ ਨੇ, ਸਾਡਾ ਤੇ ਕੋਈ ਵਾਰਿਸ ਹੀ ਕੋਈ ਨਹੀਂ, ਲਾ ਵਾਰਿਸ ਟਾਈਪ। ਪਾਕਿਸਤਾਨ ਦੇ ਵਿੱਚ ਸਾਹਿਬ ਇਕਤਦਾਰ ਨੇ ਨਾ ਜੀ, ਜੋ ਮੇਰੀ ਪਰਸਨਲ ਓਪੀਨੀਅਨ ਹੈ, ਉਹਨਾਂ ਨੂੰ ਇਸ ਮੁਲਕ ਨਾਲ ਉਸ ਲੈਵਲ ਦੇ ਨਾਲ ਲਗਾਓ ਇੰਨਾ ਮੁਹੱਬਤ। ਇਸ ਵਾਸਤੇ ਸਾਡੇ ਕੋਲ ਸਾਰਾ ਕੁਛ ਹੁੰਦਿਆਂ ਸੁਣਦਿਆਂ ਅਸੀਂ ਬਹੁਤ ਪਿੱਛੇ ਹਾਂ। ਮੈਂ ਰਾਣਾ ਸਾਹਿਬ ਦੁਬਈ 'ਚ ਸਿਰਫ ਇੱਕ ਚੀਜ਼ ਵੇਖੀ ਹੈ ਕਿ ਉਹਨਾਂ ਸਿਕਿਉਰਿਟੀ ਦਿੱਤੀ ਹੈ ਲੋਕਾਂ ਨੂੰ। ਇੱਥੇ ਅਸੀਂ ਬੇਸ਼ੁਮਾਰ ਮਸਾਇਲ ਤੇ ਗੁਫ਼ਤਗੂ ਕਰਨੇ ਆ, ਤੁਸੀਂ ਇੱਥੇ ਸਿਕਿਉਰਿਟੀ ਦੇ ਦਿਓ। ਅਸੀਂ ਜਿੰਨੇ ਫਾਰਨਰ ਅਸੀਂ ਚਾਹੁੰਦੇ ਹਾਂ ਪਾਕਿਸਤਾਨ 'ਚ ਵੀ ਆ ਕੇ ਕੁਛ ਕਰੀਏ, ਲੇਕਿਨ ਅਸੀਂ ਇਨਸਿਕਿਉਰ ਫੀਲ ਕਰਨੇ ਆ। ਅਸੀਂ ਜੋ ਵੀ ਉੱਥੇ ਜਾਣਾ ਅਸੀਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਨਾ। ਪਾਕਿਸਤਾਨ 'ਚ ਮਸਲਾ ਹੈ ਕਿ ਜਿਹਦੇ ਕੋਲ ਪੈਸਾ ਉਹ ਵੀ ਪਰੇਸ਼ਾਨ ਇਨਸਿਕਿਉਰ, ਤੇ ਜਿਹੜਾ ਗਰੀਬ ਹੈ ਉਹ ਆਲਰੇਡੀ ਪਰੇਸ਼ਾਨ। ਸਲਾਮ ਅਲੈਕਮ ਜੀ, ਤੁਸੀਂ ਦੇਖ ਰਹੇ ਹੋ ਪਾਕਿਸਤਾਨ ਪਲੱਸ, ਮੇਰਾ ਨਾਮ ਹੈ ਰਾਣਾ ਫਾਰੂਕ ਤਾਹਿਰ। ਮੈਂ ਤੁਹਾਡੇ ਸਾਹਮਣੇ ਨਵੀਂ ਨਵੀਂ ਸਟੋਰੀਆਂ, ਨਵੀਂ ਨਵੀਂ ਕਹਾਣੀਆਂ, ਨਵੇਂ ਨਵੇਂ ਇੰਟਰਵਿਊ ਲੈ ਕੇ ਆਉਣਾ। ਅੱਜ ਮੇਰੇ ਨਾਲ ਮਹਿਮਾਨ ਨੇ ਨਾਸਰ ਮਹਿਮੂਦ ਬੱਟ ਸਾਹਿਬ, ਜਿਹੜੇ ਕਿ ਅਰਸਾ 10 ਸਾਲ ਤੋਂ ਦਿਆਰੇ ਗੈਰ, ਯਾਨੀ ਕਿ ਬਾਹਰਲੇ ਮੁਲਕ ਦੁਬਈ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ। ਉਸ ਤੋਂ ਇਲਾਵਾ ਦੱਖਣ ਦੇ ਵਿੱਚ ਯੂਨਾਈਟਿਡ ਵੈਲਫੇਅਰ ਸੁਸਾਇਟੀ ਰਨ ਕਰ ਰਹੇ ਨੇ 20-21 ਸਾਲ ਤੋਂ। ਅੱਜ ਅਸੀਂ ਉਹਨਾਂ ਕੋਲੋਂ ਪੁੱਛਾਂਗੇ ਕਿ ਬਾਹਰ ਜਾਣ ਦੀ ਵਜ੍ਹਾ ਕੀ ਸੀ, ਬਾਹਰ ਕਿਉਂ ਚਲੇ ਗਏ ਆਪਣੇ ਮੁਲਕ ਨੂੰ ਛੱਡ ਕੇ, ਤੇ ਦੂਸਰਾ ਜਿਹੜੀ ਇਹਨਾਂ ਨੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਬੁਨਿਆਦ ਰੱਖੀ ਸੀ ਉਹ ਕੀ ਵਜ੍ਹਾ ਬਣੀ। ਬੱਟ ਸਾਹਿਬ ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਬੱਟ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਜੀ। ਮੋਸਟ ਵੈਲਕਮ, ਮੋਸਟ ਵੈਲਕਮ। ਬੱਟ ਸਾਹਿਬ ਪਹਿਲੇ ਤਾਂ ਤੁਸੀਂ ਆਪਣਾ ਤਾਰਫ ਕਰਵਾਓ ਕਿ ਤੁਹਾਡਾ ਮੁਕੰਮਲ ਨਾਮ, ਤੁਹਾਡਾ ਮੁਹੱਲਾ, ਤੁਹਾਡਾ ਸ਼ਹਿਰ, ਤਾਂ ਕਿ ਸਾਡੇ ਵੇਖਣ ਵਾਲਿਆਂ ਨੂੰ ਪਤਾ ਚੱਲ ਜਾਵੇ। ਜੀ ਮੈਂ ਗੱਖਣ ਮੰਡੀ ਮਹੱਲਾ ਹਾਜੀਪੁਰਾ, ਪੂਰਾ ਨਾਮ ਨਾਸਰ ਮਹਿਮੂਦ ਬੱਟ। ਠੀਕ ਹੈ। ਤੇ ਨਾਰਮਲ ਸਕੂਲ ਤੋਂ ਮੈਟ੍ਰਿਕ ਕੀਤਾ, ਨਾਰਮਲ ਸਕੂਲ ਗੱਖਣ ਜੀ, ਗੱਖਣ ਗਵਰਨਮੈਂਟ ਹਾਈ ਸਕੂਲ ਨੰਬਰ 1। ਫਿਰ ਗਵਰਨਮੈਂਟ ਅਪ੍ਰੈਂਟਿਸ ਟ੍ਰੇਨਿੰਗ ਸੈਂਟਰ ਗੁਜਰਾਂਵਾਲਾ, 2 ਸਾਲ ਡਿਪਲੋਮਾ। ਉਸ ਤੋਂ ਬਾਅਦ ਫਿਰ ਸੈਯਦ ਇੰਜੀਨੀਅਰ ਪ੍ਰੋਪਰ ਮੈਂ 18 ਸਾਲ ਜੋਬ ਕੀਤੀ, ਸੈਯਦ ਇੰਜੀਨੀਅਰ ਪਿਆਨੋ ਜੀ ਜੀ, ਪਿਆਨੋ ਫੈਕਟਰੀ। ਅੱਛਾ, ਬਾਲ ਪੁਆਇੰਟ ਵਾਲੀ। ਉਹ ਕੀ ਜੋਬ ਕੀ ਸੀ ਤੁਹਾਡੀ? ਮੈਂ ਟਿਪ ਹੁੰਦੀ ਹੈ ਨਾ ਜੀ, ਜਿਹੜੀ ਲਿਖਣ ਵਾਲੀ ਹੁੰਦੀ ਹੈ ਬਰਾਸ ਦੀ ਟਿਪ, ਉਸ ਡਿਪਾਰਟਮੈਂਟ ਨੂੰ ਟਿਪ ਮੇਕਿੰਗ ਡਿਪਾਰਟਮੈਂਟ ਕਹਿੰਦੇ ਨੇ। ਉਹਦੇ ਚ ਆਦਾ ਸੁਪਰਵਾਈਜ਼ਰ, ਮੈਂ ਇੱਕ ਡਿਪਾਰਟਮੈਂਟ ਇੱਕ ਸ਼ਿਫਟ ਦਾ ਇੰਚਾਰਜ। ਕਿੰਨੇ ਸਾਲ ਤੁਸੀਂ ਉੱਥੇ ਜਾ? ਮੈਂ ਆਲਮੋਸਟ 18 ਸਾਲ ਜੋਬ ਕੀਤੀ ਹੈ, 1996 ਤੋਂ ਮੈਂ ਜੁਆਇਨ ਕੀਤਾ। ਅੱਛਾ। 2014 ਚ ਫਿਰ ਮੈਂ ਦੁਬਈ ਚਲਾ ਗਿਆ। ਤੇ ਦੁਬਈ ਕਿਉਂ ਚਲੇ ਗਏ ਐਡੀ ਵੱਡੀ ਨੌਕਰੀ ਛੱਡ ਕੇ? ਕਿਸੇ ਵੀ ਬੰਦੇ ਦਾ ਦਿਲ ਨਹੀਂ ਕਰਦਾ ਕਿ ਉਹ ਆਪਣਾ ਘਰ ਬਾਰ ਛੱਡੇ। ਲੇਕਿਨ ਚੂੰਕਿ ਸੈਲਰੀ ਬੜੀ ਮਹਦੂਦ ਸੀ, ਉਹਦੇ 'ਚ ਫਿਰ ਮੇਰਾ ਗੁਜ਼ਰ ਬਸਰ ਨਹੀਂ ਸੀ ਹੋ ਰਿਹਾ, ਅਤੇ ਇਹ ਬਾਦਲੇ ਨਹਾਸ ਦਾ ਇੱਕ ਫੈਸਲਾ ਕੀਤਾ, ਆਪਣਾ ਮੁਲਕ, ਆਪਣੇ ਦੋਸਤ, ਆਪਣੇ ਬੀਵੀ ਬੱਚੇ, ਬਹੁਤ ਮੁਸ਼ਕਲ ਸੀ ਛੱਡਣਾ। ਲੇਕਿਨ ਫਾਈਨੈਂਸ਼ਲੀ ਜਿਹੜੀ ਸੀ ਨਾ ਪੋਜੀਸ਼ਨ, ਉਹ ਇੱਡੀ ਸਟਰੋਂਗ ਨਹੀਂ ਸੀ, ਤੇ ਮਜਬੂਰੀ ਦੀ ਹਾਲਤ 'ਚ ਫਿਰ ਮੈਨੂੰ ਉਹਨਾਂ ਜਾਣਾ ਹੀ ਪਿਆ। ਜਦੋਂ ਤੁਸੀਂ 1996 'ਚ ਸੈਯਦ ਇੰਜੀਨੀਅਰਿੰਗ ਕੰਪਨੀ ਜੁਆਇਨ ਕੀਤੀ ਸੀ ਜੀ, ਪਹਿਲੀ ਪੇ ਕੀ ਮਿਲੀ ਸੀ ਉਦੋਂ? ਮੈਨੂੰ 3,300 ਰੁਪਇਆ, 3300 ਰੁਪਇਆ ਸੈਲਰੀ ਮਿਲੀ ਸੀ। ਅੱਛਾ, 1996 'ਚ 3300 ਰੁਪਇਆ ਤੁਹਾਨੂੰ ਸੈਲਰੀ ਮਿਲੀ, ਤੇ ਉਦੋਂ ਉਹ ਤੁਹਾਡੇ ਵਾਸਤੇ ਵੈਸੇ ਕਾਫੀ ਸੀ, ਜਿਵੇਂ ਆਮ ਹਾਲਾਤ 'ਚ ਹੁਣ ਲੋਕਾਂ ਦੀ 50,000 ਸੈਲਰੀ ਤੇ ਗੁਜ਼ਰ ਬਸਰ ਨਹੀਂ ਹੁੰਦੀ, ਉਦੋਂ ਕੀ ਸੀਨ ਸੀ? ਤੁਸੀਂ ਕੰਪੇਅਰ ਕਰੋ ਨਾ ਜੀ ਉਸ 3300 ਨੂੰ 1996 ਚ, ਇੱਕ ਤੋਲਾ ਸੋਨਾ ਤਕਰੀਬਨ ਇਹਨੇ ਦਾ ਸੀ। ਅੱਛਾ। ਤੇ ਜ਼ਿੰਦਗੀ ਇਸ ਤਰ੍ਹਾਂ ਦੀ ਸੀ ਕਿ ਚੂੰਕਿ ਅਨਮੈਰਿਡ ਸਾਂ, ਠੀਕ ਹੈ,
ਬਿਹਤਰੀਨ ਲਾਈਫ ਹਾਂ ਬਿਲਕੁਲ ਆਪਣੇ ਵਾਸਤੇ ਸੀ। ਬਹੁਤ ਅੱਛਾ ਦਾਰ ਹੈ, ਬੜਾ ਮਜ਼ਾ ਆਇਆ ਜ਼ਿੰਦਗੀ ਦੀਆਂ। ਬਹੁਤ ਊਂਚ ਨੀਚ ਸਿੱਖਿਆ ਜੀ ਸੈਯਦ ਇੰਜੀਨੀਅਰਸ ਤੋਂ। ਵੈਲ ਆਰਗਨਾਈਜ਼ਡ ਇੱਕ ਅਦਾਰਾ ਹੈ ਤੇ ਬੜਾ ਉਹਦੇ ਤੋਂ ਅਸੀਂ ਲਰਨ ਕੀਤਾ ਜ਼ਿੰਦਗੀ ਨੂੰ। ਫਿਰ ਤੁਸੀਂ ਦੁਬਈ ਸ਼ਿਫਟ ਹੋ ਗਏ। ਦੁਬਈ ਜਦੋਂ ਗਏ ਹੋ, ਪਹਿਲੀ ਜੌਬ ਕਿਹੜੀ ਕੀਤੀ ਜਾ ਕੇ? ਬੇਸਿਕਲੀ ਦੁਬਈ ਆਲਰੇਡੀ ਮੇਰਾ ਛੋਟਾ ਭਾਈ ਸੀ ਫੈਸਲ ਮਹਿਮੂਦ, ਉਹਨਾਂ ਦੀ ਉੱਥੇ ਕੰਪਨੀ ਸੀ। ਮੈਂ ਚਲਾ ਜਾਂਦਾ 2013 ਚ ਹੱਜ ਤੇ, 2013 ਦੇ ਵਿੱਚ ਹੀ ਦੁਬਈ ਨੂੰ ਐਕਸਪੋ 2020 ਮਿਲਦਾ। ਉੱਥੇ ਫਿਰ ਮੈਨੂੰ ਕਨਵਿੰਸ ਕੀਤਾ ਉਹਨਾਂ ਦੇ ਇੱਕ ਦੋਸਤ ਨੇ ਫੈਸਲ ਸਾਹਿਬ ਦੇ ਕਿ ਇਸ ਤਰ੍ਹਾਂ ਦੁਬਈ ਚ ਬੂਮ ਆ ਰਿਹਾ, ਦੁਬਈ ਆ ਜਾਓ, ਕਿਉਂਕਿ ਫੈਸਲ ਕੋਲੋਂ ਮੈਨੇਜ ਨਹੀਂ ਹੋ ਰਿਹਾ, ਕੰਪਨੀ ਆਲਰੇਡੀ ਐਗਜ਼ਿਸਟ ਕਰ ਰਹੀ ਸੀ। ਤੇ ਫਿਰ ਮੈਂ ਵੀ ਉੱਥੇ ਚਲਾ ਗਿਆ। ਅਸੀਂ ਫਿਰ ਜਾ ਕੇ ਦੋਵਾਂ ਭਾਈਆਂ ਨੇ ਉੱਥੇ ਆਪਣਾ ਕੰਮ ਸਟਾਰਟ ਕਰ ਲਿਆ। ਤੇ ਕੰਮ ਕੀ ਉੱਥੇ ਤੁਸੀਂ ਸਟਾਰਟ ਕੀਤਾ, ਕੰਪਨੀ ਕਿਸ ਚੀਜ਼ ਦੀ ਸੀ? ਬੇਸਿਕਲੀ ਸਾਡਾ ਕੰਸਟਰਕਸ਼ਨ ਦਾ ਕੰਮ ਹੈ। ਪਾਕਿਸਤਾਨ ਚ ਤੇ ਮੈਂ ਕਰ ਰਿਹਾ ਸਾਂ ਜੌਬ, ਲੇਕਿਨ ਉੱਥੇ ਜਾ ਕੇ ਫਿਰ ਅਸੀਂ ਕੰਸਟਰਕਸ਼ਨ ਦਾ ਕੰਮ ਕੀਤਾ। ਇੱਥੋਂ ਮੈਸਨ ਗਏ, ਲੇਬਰ ਗਈ, ਬਿਲਡਿੰਗ ਕੰਸਟਰਕਸ਼ਨ ਚ, ਬਲਾਕ ਵਰਕ, ਪਲਸਤਰ, ਇੰਟਰਲਾਕ, ਬਿਲਡਿੰਗ ਕੰਸਟਰਕਸ਼ਨ ਚ। ਤੁਹਾਡੀ ਕੰਪਨੀ ਦਾ ਨਾਮ ਕੀ ਹੈ ਹੁਣ ਮੌਜੂਦਾ ਜਿਹੜੀ ਤੁਹਾਡੀ? ਅਲ ਰਿਫਾ ਬਿਲਡਿੰਗ ਕੰਟਰੈਕਟਰ। ਅਲ ਰਿਫਾ ਬਿਲਡਿੰਗ ਕੰਟਰੈਕਟ ਜੀ, ਦੁਬਈ ਤੋਂ ਕੰਪਨੀ ਜੀ, ਇਹ ਸ਼ਾਰਜਾ ਤੋਂ ਬਿਲੋਂਗ ਕਰ, ਸ਼ਾਰਜਾ ਤੋਂ। ਤੇ ਤੁਸੀਂ ਇਹ ਦੱਸੋ ਕਿ ਜਦੋਂ ਦੇ ਤੁਸੀਂ ਇਹ ਕੰਪਨੀ ਬਣਾਈ ਹੈ, ਤੁਸੀਂ ਕਿੰਨੇ ਕੁ ਜਿਹੜੇ ਨੇ ਪ੍ਰੋਜੈਕਟ ਕੰਪਲੀਟ ਕੀਤੇ ਨੇ ਤੇ ਕੀ ਬਿਲਡਿੰਗਾਂ ਬਣਾਉਂਦੇ ਹੋ? ਜਿਵੇਂ ਹੁੰਦਾ ਨਾ ਸਰਕਾਰੀ ਬਿਲਡਿੰਗਾਂ ਜਾਂ ਪ੍ਰਾਈਵੇਟ ਵਿਲਾਸ ਜਾਂ ਸਕੂਲ ਜਾਂ ਰੋਡ, ਕਿਹੜੀ ਚੀਜ਼ਾਂ ਤੁਸੀਂ ਬਣਾਉਂਦੇ ਹੋ? ਬੇਸਿਕਲੀ ਜੀ ਮੇਰਾ ਦੁਬਈ ਚ ਇੱਕ ਇਲਾਕਾ ਹੈ ਫਰੀ ਜ਼ੋਨ ਜਬਲ ਅਲੀ, ਜਬਲ ਅਲੀ, ਉੱਥੇ ਸਾਰੇ ਵੇਅਰ ਹਾਊਸਿਸ ਨੇ। ਠੀਕ ਹੈ। ਤੇ ਅਸੀਂ ਵੇਅਰ ਹਾਊਸ ਬਣਾਉਂਦੇ ਹਾਂ ਜਿਹੜੇ ਕਿ ਤੁਸੀਂ ਕਹਿ ਲਓ ਕਿ ਸ਼ੈੱਡ ਟਾਈਪ, ਸ਼ੈੱਡ ਟਾਈਪ ਜੀ ਜੀ। ਉਹਨਾਂ ਦੇ ਵਿੱਚ ਸਿਰਫ ਮੋਸਟਲੀ ਅਸੀਂ ਸਪੈਸ਼ਲਿਸਟ ਇਸ ਕੰਮ ਦੇ ਹਾਂ, ਵੇਅਰ ਹਾਊਸਿਸ ਬਣਾਉਂਦੇ ਹਾਂ। ਤੇ ਬੜ ਸਾਹਿਬ ਇਹ ਦੱਸੋ ਕਿ ਪਾਕਿਸਤਾਨ ਤੇ ਦੁਬਈ, ਇਹਦੀ ਲਾਈਫ ਚ ਕੀ ਫਰਕ ਹੈ, ਇਹਦੀ ਜ਼ਿੰਦਗੀ ਜਿਹਦੇ ਸੁਬਾ ਸ਼ਾਮਾਂ ਰਾਤਾਂ ਚ ਕੀ ਫਰਕ ਹੈ? ਪਾਕਿਸਤਾਨ ਨੂੰ ਜਦੋਂ ਵੇਖੀਦਾ ਨਾ ਜੀ ਤੇ ਦੁਬਈ ਨੂੰ ਵੇਖੀਦਾ ਤੇ ਮੈਂ ਇਹ ਸਮਝਣਾ ਕਿ ਉਹਨਾਂ ਦੇ ਕੋਈ ਸਾਈ ਵਾਰਸ ਹੈ ਨੇ, ਸਾਡਾ ਤੇ ਕੋਈ ਵਾਰਸ ਹੀ ਕੋਈ ਨਹੀਂ, ਲਾ ਵਾਰਸ ਟਾਈਪ ਆ। ਸੋਰਸਿਸ ਦੇ ਇਤਬਾਰ ਨਾਲ ਕੋਈ ਕੰਪੈਰੀਜ਼ਨ ਨਹੀਂ, ਦੁਬਈ ਦੀ ਆਪਣੀ ਕੋਈ ਪ੍ਰੋਡਕਟ ਨਹੀਂ, ਨਾ ਉਹਦੀ ਕੋਈ ਇੰਡਸਟਰੀ ਉਸ ਲੈਵਲ ਦੀ, ਉਸਦੇ ਅੰਦਰ ਕੋਈ ਚੀਜ਼ ਉਹਦੀ ਆਪਣੀ ਪ੍ਰੋਡਕਸ਼ਨ ਨਹੀਂ, ਮਾਦਨੀਆਤ ਉੱਥੇ ਨਹੀਂ, ਐਗਰੀਕਲਚਰ ਉਹਨਾਂ ਦੀ ਨਹੀਂ ਆਪਣੀ, ਹਰ ਚੀਜ਼ ਇੰਪੋਰਟ ਹੁੰਦੀ। ਪਾਕਿਸਤਾਨ ਨੂੰ ਅੱਲਾ ਸੁਬਹਾਨ ਉਤਾਲਾ ਨੇ ਹਰ ਤਰ੍ਹਾਂ ਦੀ ਨਿਮਤਾ ਤੋਂ ਨਵਾਜ਼ੇ ਹੈ, ਅਨਫਾਰਚੁਨੇਟਲੀ ਮੈਨੇਜ ਨਹੀਂ ਹੋ ਰਿਹਾ। ਉਹਦੇ ਚ ਸਿਰਫ ਇੱਕ ਹੀ ਫਰਕ ਹੈ ਕਿ ਉਹਦੇ ਜਿਹੜੇ ਸਾਹਿਬ ਇਕਤਦਾਰ ਲੋਕ ਨੇ ਨਾ ਜੀ, ਉਹਨਾਂ ਨੂੰ ਆਪਣੇ ਮੁਲਕ ਨਾਲ ਪਿਆਰ ਹੈ, ਉਹਨਾਂ ਉੱਥੇ ਰਹਿਣਾ ਹੈ, ਮੈਨੇਜ ਕੀਤਾ ਉਹਨਾਂ ਬਿਹਤਰੀਨ। ਤੇ ਜਿਹੜੇ ਪਾਕਿਸਤਾਨ ਦੇ ਵਿੱਚ ਸਾਹਿਬ ਇਕਤਦਾਰ ਨੇ ਨਾ ਜੀ, ਜੋ ਮੇਰੀ ਪਰਸਨਲ ਓਪੀਨੀਅਨ ਹੈ, ਉਹਨਾਂ ਨੂੰ ਇਸ ਮੁਲਕ ਨਾਲ ਉਸ ਲੈਵਲ ਦੇ ਨਾਲ ਲਗਾਓ ਇੰਨਾ ਮੁਹੱਬਤ, ਇਸ ਵਾਸਤੇ ਸਾਡੇ ਕੋਲ ਸਾਰਾ ਕੁਛ ਹੁੰਦਿਆਂ ਸੁਣਦਿਆਂ ਅਸੀਂ ਬਹੁਤ ਪਿੱਛੇ ਹਾਂ, ਉਹ ਸਾਡੇ ਤੋਂ ਬਹੁਤ ਬਾਅਦ ਚ ਆਏ, ਉਹ ਦੁਨੀਆਂ ਦਾ ਇੱਕ ਮਰਕਜ਼ ਬਣ ਗਏ। ਅਮਨ, ਸਕੂਨ, ਰੂਲ, ਉਹ ਸਾਡੇ ਤੇ ਉਹਨਾਂ ਦੇ ਕਿਵੇਂ ਵੇਖਦੇ ਹੋ? ਮੈਂ ਰਾਣਾ ਸਾਹਿਬ ਦੁਬਈ ਚ ਸਿਰਫ ਇੱਕ ਚੀਜ਼ ਵੇਖੀ ਹੈ ਕਿ ਉਹਨਾਂ ਸਿਕਿਉਰਿਟੀ ਦਿੱਤੀ ਹੈ ਲੋਕਾਂ ਨੂੰ। ਇੱਥੇ ਅਸੀਂ ਬੇਸ਼ੁਮਾਰ ਮਸਾਇਲ ਤੇ ਗੁਫ਼ਤਗੂ ਕਰਨੇ ਆ, ਤੁਸੀਂ ਇੱਥੇ ਸਿਕਿਉਰਿਟੀ ਦੇ ਦਿਓ। ਅਸੀਂ ਜਿੰਨੇ ਫਾਰਨਰ ਅਸੀਂ ਚਾਹੁੰਦੇ ਹਾਂ ਪਾਕਿਸਤਾਨ ਚ ਵੀ ਆ ਕੇ ਕੁਛ ਕਰੀਏ, ਲੇਕਿਨ ਅਸੀਂ ਇਨਸਿਕਿਉਰ ਫੀਲ ਕਰਨੇ ਆ, ਅਸੀਂ ਜੂ ਹੀ ਉੱਥੇ ਜਾਣਾ ਅਸੀਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਨੇ। ਪਾਕਿਸਤਾਨ ਚ ਮਸਲਾ ਹੈ ਕਿ ਜਿਹਦੇ ਕੋਲ ਪੈਸਾ ਉਹ ਵੀ ਪਰੇਸ਼ਾਨ ਇਨਸਿਕਿਉਰ,
ਤੇ ਜਿਹੜਾ ਗਰੀਬ ਹੈ ਉਹ ਤਾਂ ਆਲਰੇਡੀ ਪਰੇਸ਼ਾਨ, ਉਹ ਤਾਂ ਸ਼ੁਰੂ ਤੋਂ ਜੰਮ ਰਹੀ ਜੀ ਬਿਲਕੁਲ ਐਸੀ। ਤੇ ਅਮਨ ਦੇ ਹਵਾਲੇ ਦੇ ਨਾਲ ਉੱਥੇ ਇੱਥੇ ਤੁਸੀਂ ਇਹ ਤੇ ਹੋ ਗਿਆ ਨਾ ਇੱਕ ਕਾਨੂੰਨ ਦੀ ਅਮਲਦਾਰੀ, ਤੁਸੀਂ ਕਹਿੰਦੇ ਹੋ ਕਿ ਅਗਰ ਹੋਵੇ ਤੇ ਇੱਥੇ ਵੀ ਬਿਹਤਰੀ ਹੋ ਸਕਦੀ ਹੈ। ਡੈਫੀਨਿਟਲੀ ਮਤਲਬ ਤੁਸੀਂ ਉੱਥੇ ਜਿਵੇਂ ਇੱਥੇ ਵੀ ਹੁਣ ਅਸੀਂ ਕਈ ਜਗ੍ਹਾ ਤੇ ਰਾਤ ਨੂੰ ਸਫ਼ਰ ਕਰਦੇ ਡਰਦੇ ਹਾਂ, ਪਿੰਡਾਂ ਨੂੰ ਜਾਈਏ ਨਾ ਤੇ ਕਹਿੰਦੇ ਯਾਰ ਉੱਧਰ ਨਾ ਜਦੋਂ ਡਕੈਤੀਆਂ ਹੁੰਦੀਆਂ ਨੇ ਫਲਾਂ ਜਗ੍ਹਾ ਨਾ ਜਾਈਏ, ਉੱਥੇ ਵੀ ਇੰਜ ਸੀਨ ਹੁੰਦੇ ਨੇ। ਕ੍ਰਾਈਮਸ ਦੁਨੀਆਂ ਦੇ ਹਰ ਕੋਨੇ ਤੇ ਹੁੰਦੇ, ਠੀਕ ਹੈ, ਲੇਕਿਨ ਰੇਸ਼ੋ ਦਾ ਫਰਕ ਹੁੰਦਾ। ਹਾਂ, ਦੁਬਈ ਚ ਇੱਕ ਚੀਜ਼ ਕਨਫਰਮ ਹੈ ਕਿ ਜਿਹੜਾ ਬੰਦਾ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਦੀ ਵਾਇਲੇਸ਼ਨ ਕਰਦਾ ਫੜਿਆ ਗਿਆ, ਉਹਨੂੰ ਕਿਸੇ ਨੇ ਛਡਾਉਣਾ ਨਹੀਂ, ਕਿਸੇ ਬੰਦੇ ਨੇ ਉਹਦੇ ਜੀਵਨ ਕਿ ਉਹਨਾਂ ਦਾ ਆਪਣਾ ਕਿਉਂ ਨਹੀਂ ਹੈ, ਮਤਲਬ ਅਮਰਾਤੀ ਵੀ ਹੈ ਜਾਂ ਕੋਈ ਗੈਰ ਅਮਰਾਤੀ, ਉਹਨੂੰ ਉਸ ਪ੍ਰੋਸੈਸ ਚੋਂ ਗੁਜ਼ਰਨਾ ਪਏਗਾ ਜਿਹੜਾ ਉਹਨਾਂ ਦਾ ਸਜ਼ਾ ਹੈ ਨਾ ਉਸ ਪ੍ਰੋਸੈਸ ਦੀ ਜਿਹੜਾ ਉਹਨੇ ਕ੍ਰਾਈਮ ਕੀਤਾ, ਉਹ ਡੈਫੀਨੇਟਲੀ ਉਹਨੂੰ ਫੇਸ ਕਰੇਗਾ ਔਰ ਉਹਨੂੰ ਉਹ ਭੁਗਤਣਾ ਪਏਗਾ। ਸਾਡੀ ਬਦਕਿਸਮਤੀ ਹੈ ਕਿ ਇੱਥੇ ਕਿਸੇ ਵੀ ਕਿਸਮ ਦਾ ਕੋਈ ਵੀ ਮੁਜਰਮ ਉਹਨੂੰ ਪਿੱਛੋਂ ਐਸੀ ਸਪੋਰਟ ਹੈ ਜਿਹਦੀ ਸ਼ਾਇਦ ਸਾਰਾ ਕੁਛ ਹੋ ਰਿਹਾ, ਉਹਨੂੰ ਪਤਾ ਕੁਛ ਨਹੀਂ ਹੋਣਾ। ਤੁਸੀਂ ਵੇਖਿਓ ਨਾ ਅਕਸਰ ਇੱਥੇ ਗੁਫ਼ਤਗੂ ਹੁੰਦੀ ਹੈ ਇਸ ਬੰਦੇ ਦਾ ਇਹ ਜੁਰਮ, ਇਹਨੇ ਇੰਨੇ ਬੰਦੇ ਮਾਰੇ ਨੇ ਬਾਹਰ, ਇਸ ਬੰਦੇ ਦਾ ਇਹ ਮਾਮਲਾ ਹੈ ਜਾ ਰਿਹਾ। ਉੱਥੇ ਇਹ ਚੀਜ਼ ਨੇ ਮੁਆਸ਼ਰੇ ਸਿਰਫ ਇਨਸਾਫ਼ ਤੇ ਕਾਇਮ ਰਹਿੰਦੇ ਨੇ, ਜਿੱਥੇ ਤੁਸੀਂ ਇਨਸਾਫ਼ ਲੈ ਹੋਵੋਗੇ ਅੱਲਾਹ ਦੀ ਮਦਦ ਸ਼ਾਮਲ ਹੋਏਗੀ, 100% ਉੱਥੇ ਤਰੱਕੀ ਹੋਏਗੀ ਉਸ ਇਲਾਕੇ ਚ। ਤੁਸੀਂ ਸੁਣਿਆ ਹੋਏਗਾ ਬੜੀ ਮਸ਼ਹੂਰ ਗੱਲ ਹੈ ਕਿ ਵਿਨਸਟਨ ਚਰਚਲ ਨੂੰ ਕਿਹਾ ਗਿਆ ਕਿ ਇੰਗਲੈਂਡ ਦੇ ਵਿੱਚ ਫੌਜਾਂ ਜਿਹੜੀਆਂ ਨੇ ਨਾ ਉੱਤੇ ਆ ਚੁੱਕੀਆਂ ਨੇ ਜੈਪਨੀਜ਼ ਵਗੈਰਾ ਦੀਆਂ, ਤੇ ਅਸੀਂ ਤੇ ਬਿਲਕੁਲ ਪਿੱਛੇ ਰਹਿ ਗਏ ਔਰ ਸਾਡੇ ਤੇ ਗਲਬਾ ਪਾ ਗਿਆ ਦੁਸ਼ਮਣ ਚੜ ਗਏ ਨੇ ਉੱਤੇ। ਉਹਨਾਂ ਨੇ ਇੱਕ ਹੀ ਜਵਾਬ ਦਿੱਤਾ ਸੀ, ਸਰ ਵਿਨਸਟਨ ਚਰਚਲ ਇੱਕ ਨਾਮ ਹੈ, ਉਹਨੇ ਕਿਹਾ ਅਦਾਲਤਾਂ ਚ ਇਨਸਾਫ਼ ਮਿਲ ਰਿਹਾ, ਉਹਨਾਂ ਕਹਿ ਜੀ ਉਹ ਤਾਂ ਮਿਲ ਰਿਹਾ, ਉਹਨੇ ਕਿਹਾ ਤੁਸੀਂ ਪਰੇਸ਼ਾਨ ਨਾ ਹੋ। ਹਾਲਾਂ ਇਨਸਾਫ਼ ਦਾ ਜੰਗ ਨਾਲ ਕੀ ਤਲਕ ਸੀ ਅਗਰ ਵੇਖਿਆ ਜਾਏ, ਤੇ ਇਨਸਾਫ਼ ਦਾ ਮੁਆਸ਼ਰਾ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੁ ਦਾ ਦੌਰ ਸਭ ਤੋਂ ਜ਼ਿਆਦਾ ਤਾਬਨਾਕ ਦੌਰ ਸੀ, ਵਜ੍ਹਾ ਇਨਸਾਫ਼ ਔਰ ਉੱਥੇ ਵੀ ਰੂਲਸ ਦੀ ਪਾਸਦਾਰੀ। ਮੈਂ ਕਿਸੇ ਨੂੰ ਟ੍ਰੈਫਿਕ ਦੇ ਨਾਲ ਆਪਣੀ ਮੈਂ ਮਤਲਬ ਨਹੀਂ ਵੇਖਿਆ ਵਾਇਲੇਸ਼ਨ ਕਰਦਿਆਂ, ਕਿਸੇ ਬੰਦੇ ਨੂੰ ਸਿਗਨਲ ਤੋੜਦਿਆਂ ਨਹੀਂ ਵੇਖਿਆ, ਬਿਲਕੁਲ ਉਹਨਾਂ ਦੇ ਅੰਦਰ ਇੱਕ ਡਿਸਿਪਲਿਨ ਜਿਹੜਾ ਜੀ ਉਹ ਮੌਜੂਦ ਹੈ ਜੀ। ਇੱਥੇ ਬੜੀ ਤਕਲੀਫ ਹੁੰਦੀ ਹੈ, ਇਸ਼ਾਰਾ ਬੰਦ ਹੋ ਚੱਲ ਯਾਰ ਕੱਢ ਲੈ ਕੋਈ ਗੱਲ ਨਹੀਂ ਜੀ ਲੱਗ ਜਾਏਗਾ ਕੁਤਰੋ, ਇਸ ਤਰ੍ਹਾਂ ਹੁੰਦਾ ਉੱਥੇ ਮੁਆਸ਼ਰੇ ਮਹੱਜ਼ਬ ਮੁਆਸ਼ਰਿਆਂ ਨੂੰ ਵੇਖਣਾ ਹੈ ਨਾ ਜੀ, ਤੇ ਉਹਨਾਂ ਦਾ ਟ੍ਰੈਫਿਕ ਦਾ ਨਿਜ਼ਾਮ ਵੇਖ ਲਓ, ਤੁਹਾਡੇ ਕੋਲ ਮਤਲਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਅੱਛਾ, ਹਾਂਜੀ, ਕਿਸੇ ਵੀ ਕੰਟਰੀ ਨੂੰ ਕਿਸੇ ਸੁਸਾਇਟੀ ਨੂੰ ਤੁਸੀਂ ਜੱਜ ਕਰਨਾ ਨਾ ਜੀ, ਤੁਸੀਂ ਉੱਥੋਂ ਦੀ ਰੋਡਸ ਵੇਖ ਲਓ, ਉਹਨਾਂ ਦੇ ਟ੍ਰੈਫਿਕ ਸਿਸਟਮ ਵੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਮੁਆਸ਼ਰੇ ਦਾ ਲੈਵਲ ਕੀ ਹੈ। ਬਹਿਸੀਅਤ ਪਾਕਿਸਤਾਨੀ ਜੀ, ਉੱਥੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੂਸਰੇ ਮੁਲਕਾਂ ਦੇ, ਜਿਵੇਂ ਇੰਡੀਆ ਹੈ, ਫਿਲੀਪੀਨ ਹੈ, ਬੰਗਲਾਦੇਸ਼ ਹੈ, ਹੋਰ ਮੁਲਕਾਂ ਦੇ ਲੋਕ ਵੀ ਇੱਥੇ ਆਉਂਦੇ ਨੇ, ਤੇ ਬਹਿਸੀਅਤ ਪਾਕਿਸਤਾਨੀ ਜਿਹੜੀ ਤੁਹਾਡੀ ਕਮਿਊਨਿਟੀ ਹੈ ਉਹ ਕਿਵੇਂ ਉੱਥੇ ਸਰਵਾਈਵ ਕਰਦੀ ਹੈ, ਮੇਲ ਮੁਲਾਕਾਤ, ਬਿਜ਼ਨਸ ਮਾਮਲਾਤ, ਉਹ ਤੁਸੀਂ ਇਹਨਾਂ ਦੇ ਬਾਰੇ ਕੀ ਕਹੋ? ਪਾਕਿਸਤਾਨੀ ਕਮਿਊਨਿਟੀ ਬੜੀ ਮਿਹਨਤੀ ਕਮਿਊਨਿਟੀ ਹੈ, ਮੇਨ ਦੋ ਕਮਿਊਨਿਟੀਜ਼ ਨੇ ਜਿਹੜੀਆਂ ਉੱਥੇ ਨੇ ਜੀ, ਇੱਕ ਪਾਕਿਸਤਾਨ ਇੱਕ ਇੰਡੀਆ। ਇੰਡੀਅਨਸ ਦੇ ਅੰਦਰ ਇੱਕ ਚੀਜ਼ ਥੋੜ੍ਹੀ ਜਿਹੀ ਮੈਂ ਵੇਖੀ ਹੈ ਕਿ ਇੰਡੀਅਨ ਮੋਸਟਲੀ ਫੈਮਲੀਆਂ ਨਾਲ ਉੱਥੇ ਸੈਟਲ ਨੇ, ਵਿਦ ਫੈਮਲੀਜ਼। ਦੂਸਰਾ ਮੈਂ ਇਹ ਵੀ ਵੇਖਿਆ ਉੱਥੇ ਕਿ ਉਹ ਨਾਲ ਆਪਣੀ ਸਟੱਡੀ ਨੂੰ ਵੀ ਜਾਰੀ ਰੱਖਦੇ ਨੇ ਆਪਣੇ ਕੰਮ ਦੇ ਨਾਲ, ਆਪਣਾ ਫਿਊਚਰ ਮਜ਼ੀਦ ਬਿਹਤਰ ਕਰਨ ਵਾਸਤੇ। ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਇੱਕ ਟ੍ਰੈਂਡ ਹੈ ਕਿ ਅਸੀਂ ਜਦੋਂ ਸਕੂਲ ਦੀ ਲਾਈਫ ਛੱਡਦੇ ਨੇ ਜਾਂ ਕਾਲਜ ਦੀ, ਅਸੀਂ ਸਮਝਦੇ ਹਾਂ ਕਿ ਹੁਣ ਐਜੂਕੇਸ਼ਨ ਦਾ ਦੌਰ ਖਤਮ ਹੋ ਗਿਆ, ਜਦਕਿ ਇਸ ਤਰ੍ਹਾਂ ਨਹੀਂ ਹੁੰਦਾ।
ਤੇ ਇਨਸਾਨ ਨੂੰ ਚਾਹੀਦਾ ਆਪਣੇ ਫਿਊਚਰ ਨੂੰ ਮਜ਼ੀਦ ਬਿਹਤਰ ਕਰਨ ਵਾਸਤੇ ਨਾਲ ਐਜੂਕੇਸ਼ਨ ਦਾ ਸਿਲਸਿਲਾ ਜਿਹੜਾ ਨਾ ਚੱਲਣਾ ਚਾਹੀਦਾ। ਔਰ ਇਹ ਚੀਜ਼ ਮੈਂ ਉਹਨਾਂ 'ਚ ਨੋਟ ਕੀਤੀ ਹੈ। ਉਹ ਸਾਡੇ ਪਾਕਿਸਤਾਨੀਆਂ ਨੂੰ ਬਿਹਤਰ ਉਹਦੀ ਵਜ੍ਹਾ ਥੋੜ੍ਹਾ ਜਿਹਾ ਇਹ ਨਾ ਜੀ, ਉਹਨਾਂ ਦਾ ਮੈਂ ਅੱਗੇ ਅਰਜ਼ ਕੀਤਾ ਕਿ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਦੀ ਰਿਹਾਇਸ਼ ਵਿਦ ਫੈਮਿਲੀਜ਼ ਹੁੰਦੀ ਹੈ, ਪਲੱਸ ਜਿੰਨੀਆਂ ਸੁਪਰ ਮਾਰਕੀਟਾਂ ਨੇ, ਗੋਲਡ ਮਾਰਕੀਟਸ ਨੇ, ਉਹਦੇ 'ਚ ਟੋਟਲ ਉਹਨਾਂ ਦਾ ਹੋਲਡ ਹੈ ਕੈਫਟੇਰੀਆ। ਹਾਂਜੀ, ਮਤਲਬ ਕਿਸੇ ਦੌਰ 'ਚ ਸ਼ਾਇਦ ਮੈਂ ਸੁਣਿਆ ਸੀ ਕਿ ਉੱਥੇ ਇੰਡੀਆ ਦਾ ਹੀ ਸਿੱਕਾ ਚੱਲਦਾ ਸੀ, ਤੇ ਇੰਡੀਅਨਸ ਦਾ ਬਹੁਤ ਜ਼ਿਆਦਾ ਹੋਲਡ ਹੈ ਉੱਥੇ। ਇੰਡੀਅਨ ਕਮਿਊਨਿਟੀ 'ਚ ਯੂਨਿਟੀ ਵੀ ਸਾਡੇ ਨਾਲੋਂ ਜ਼ਿਆਦਾ। ਇਹੀ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਮਤਲਬ ਪੈਸੀ ਅਤੇ ਇਕੱਠੇ ਹੋਣਾ, ਮਿਲਣਾ ਜੁਲਣਾ, ਜਿਵੇਂ ਇਸ ਤਰ੍ਹਾਂ ਕਿ ਇੱਕ ਪਾਕਿਸਤਾਨੀ ਜਾਂਦਾ ਉਹਨੇ ਕੰਮ ਲੱਗਣਾ, ਇਸੇ ਤਰ੍ਹਾਂ ਇੱਕ ਇੰਡੀਅਨ ਹੁੰਦਾ ਉਹਨੇ ਕੰਮ ਲੱਗਣਾ। ਤੇ ਮੈਂ ਸੁਣਿਆ ਕਿ ਉਹ ਇੰਡੀਅਨ ਜਿਹੜੇ ਨੇ ਆਪਣੇ ਬੰਦੇ ਦੀ ਜ਼ਿਆਦਾ ਜਿਹੜਾ ਨਾ ਫੇਵਰ ਕਰਦੇ ਨੇ ਕਿ ਅਸੀਂ ਇਹਨੂੰ ਜਾਬ ਦੋ। ਇੰਡੀਆ ਚੂੰਕਿ ਕਾਫੀ ਬੜਾ ਹੈ, ਠੀਕ ਹੈ, ਤੇ ਇੰਡੀਆ ਦੇ ਮਖਸੂਸ ਕਮਿਊਨਿਟੀ ਦੇ ਲੋਕ ਜਿਹੜੇ ਨਾ, ਜਿਸ ਤਰ੍ਹਾਂ ਕੇਰਲਾ ਉਹਨਾਂ ਦੀ ਇੱਕ ਸਟੇਟ ਹੈ, ਉਹ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਸਪੋਰਟ ਕਰਦੇ ਹਨ, ਕੇਰਲਾ ਦੇ ਲੋਕ, ਕੇਰਲਾ ਦੇ ਲੋਕ। ਬਾਕੀ ਉਹ ਪੜ੍ਹੇ ਲਿਖੇ ਵੀ ਜ਼ਿਆਦਾ ਨੇ, ਉਹਨਾਂ ਦਾ ਯੂਪੀ ਬਿਹਾਰ ਦਾ ਤਬਕਾ ਮੋਸਟਲੀ ਲੇਬਰ ਤਬਕਾ ਹੈ, ਲੇਕਿਨ ਚੂੰਕਿ ਉਹਨਾਂ ਦੀ ਰੇਸ਼ੋ ਜ਼ਿਆਦਾ, ਉਸ ਆਬਾਦੀ ਜ਼ਿਆਦਾ, ਉਹਨਾਂ ਦੀ ਰੇਸ਼ੋ ਵੀ ਜ਼ਿਆਦਾ। ਹਾਂਜੀ, ਬਾਕੀ ਪਾਕਿਸਤਾਨੀ ਕਮਿਊਨਿਟੀ ਵੀ ਮਾਸ਼ਾਅੱਲਾ ਬਹੁਤ ਅੱਛੇ ਬਿਜ਼ਨਸਮੈਨ ਨੇ ਉੱਥੇ, ਮੈਂ ਜਾਣਨਾ ਜਿਨ੍ਹਾਂ ਨੂੰ। ਉਹ ਚਲੋ ਉਹ ਇਸੇ ਗੱਲ ਚੋਂ ਹੀ ਗੱਲ ਨਿਕਲ ਗਈ, ਤੇ ਉਹ ਕੋਈ ਦੋ ਚਾਰ ਵੱਡੇ ਨਾਮ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਹੜੇ ਕਮਿਊਨਿਟੀ ਦੇ ਸਰਕਰਦਾ ਆਗੂਕਾਰ ਜਿਨ੍ਹਾਂ ਨੂੰ ਕਹਿੰਦੇ, ਉੱਥੇ ਇੱਕ ਬ੍ਰਾਂਡ ਹੈ ਜੀ TNS ਤਾਹਰ ਨਿਆਜ਼ ਸਟੋਰਸ, ਤਾਹਰ ਨਿਆਜ਼ ਸਟੋਰਸ, ਉਹ ਏਸੀ ਦਾ ਬਹੁਤ ਬੜਾ ਉਹਨਾਂ ਕੋਲ, ਜਿੰਨੀਆਂ ਫੇਮਸ ਬ੍ਰਾਂਡਸ ਨੇ ਉਹਨਾਂ ਦੇ ਫਰੈਂਚਾਈਜ਼ ਉਹਨਾਂ ਕੋਲ, ਠੀਕ ਹੈ। ਇਸ ਤਰ੍ਹਾਂ ਕਰਾਚੀ ਦੀ ਇੱਕ ਮਰਚੈਂਟ ਫੈਮਿਲੀ ਹੈ, ਠੀਕ ਹੈ, ਉਹਨਾਂ ਦਾ ਉੱਥੇ ਬਿਜ਼ਨਸ ਹੈ ਸਾਈਨ ਟ੍ਰੇਡ ਦੇ ਨਾਮ ਤੋਂ, ਠੀਕ ਹੈ, ਉਹ ਵੀ ਬਹੁਤ ਬੜਾ, ਜਿੰਨੇ ਹੋਲਡਿੰਗਸ ਲੱਗਦੇ ਨੇ ਉਹਨਾਂ ਦਾ, ਜਿੰਨਾ ਮਟੀਰੀਅਲ ਹੈ ਉਹਨਾਂ ਕੋਲ ਜਾਂਦਾ। ਇਸ ਤਰ੍ਹਾਂ ਹੋਰ ਵੀ ਡਿਫਰੈਂਟ ਹੈ ਨੇ ਜਿਨ੍ਹਾਂ ਦਾ ਅਸੀਂ ਕੰਮ ਵੀ ਕੀਤਾ ਹੈ, ਜਿਨ੍ਹਾਂ ਦੇ ਵੇਅਰ ਹਾਊਸਿਸ ਅਸੀਂ ਬਣਾਏ ਨੇ, ਤੇ ਬੜੀ ਖੁਸ਼ੀ ਹੁੰਦੀ ਹੈ ਜਿਹਦੀ ਅਸੀਂ ਆਪਣੇ ਪਾਕਿਸਤਾਨੀਆਂ ਨੂੰ ਐਜ਼ ਆ ਬਿਜ਼ਨਸ। ਦੂਸਰਾ, ਬਿਲਡਿੰਗ ਦਾ ਰੈਲੀਮੈਂਟ ਜਿੰਨੀ ਮਸ਼ੀਨਰੀ ਹੈ, ਬੂਮ ਲੋਡਰ, ਸ਼ੈਵਲ, ਮਤਲਬ ਉਹਦੇ ਵਿੱਚ ਜਾ ਕੇ ਐਕਸੀਵੇਟਰਸ ਆ ਜਾਂਦੇ ਨੇ, ਕੰਸਟਰਕਸ਼ਨ ਦੇ ਰੈਲੀਮੈਂਟ, ਟੋਟਲ ਮਸ਼ੀਨਰੀ ਪਾਕਿਸਤਾਨੀਆਂ ਦੀ। ਉਹ ਕੌਣ ਲੋਕ ਨੇ ਜਾਂ ਕਿਹੜੀ ਕੰਪਨੀ ਹੈ ਜਾਂ ਕਿਹੜੇ ਬੰਦੇ ਨੇ ਉਹਨਾਂ ਦਾ ਨਾਮ? ਉਹ ਜ਼ਿਆਦਾ ਮੰਡੀ ਬਾਵਲ ਦਿਨ ਦੇ ਲੋਕ ਨੇ। ਜੀ ਜੀ, ਉਹਨਾਂ ਕੋਲ ਇੱਕ ਇੱਕ ਬੰਦੇ ਕੋਲ ਮਤਲਬ ਸ਼ੈਵਲ, ਬੋਬਕੈਟ, JCB, ਇਹ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਬਿਲਡਿੰਗ ਕੰਸਟਰਕਸ਼ਨ ਦੇ ਦੌਰਾਨ ਇਸਤੇਮਾਲ ਹੁੰਦੀਆਂ। ਇਹ 100% ਹੋਲਡ ਪਾਕਿਸਤਾਨੀਆਂ ਦੇ। ਅੱਛਾ, ਬਟ ਸਾਹਿਬ ਅਸੀਂ ਹੁਣ ਦੁਬਈ ਵੱਲੋਂ ਨਾ ਪਾਕਿਸਤਾਨ ਨੂੰ ਆਵਾਂਗੇ, ਆਖਰੀ ਦੁਬਈ ਦਾ ਸਵਾਲ ਕਿ ਦੁਬਈ ਦੀ ਜਿਹੜੀ ਲੋਕ ਇੱਥੋਂ ਜਾਂਦੇ ਨੇ ਵਿਜ਼ਿਟ ਤੇ ਸੈਰ ਕਰਨ, ਜੀ ਜੀ, ਜਾਂ ਲੋਕ ਯੂਰਪ 'ਚ ਰਹਿ ਰਹੇ ਨੇ ਤੇ ਵਾਪਸੀ ਤੇ ਉਹ ਕਹਿ ਦਿੰਦੇ ਨੇ ਕਿ ਬਈ ਜਿਹੜਾ ਨਾ ਚਲੋ ਯਾਰ 2 ਦਿਨ ਦੁਬਈ ਫਿਰ ਜਾਈਏ, ਜੀ ਜੀ, ਤੇ ਕਿਹੜੀ ਜਗ੍ਹਾ ਹੈ ਜਿਹੜੀ ਖੂਬਸੂਰਤ ਹੈ, ਅੱਛੀ ਹੈ ਜਾਂ ਘੁੰਮਣ ਫਿਰਨ ਵਾਲੀ? ਦੁਬਈ ਨੂੰ ਬੜਾ ਉਹਨਾਂ ਮੇਨਟੇਨ ਕੀਤਾ ਜੀ। ਦੁਬਈ ਦੇ ਅੰਦਰ ਬੁਰਜ ਖਲੀਫਾ ਇੱਕ ਯੂਨੀਕ ਬਿਲਡਿੰਗ ਹੈ, ਪੂਰੀ ਦੁਨੀਆ 'ਚ ਸਭ ਤੋਂ ਉੱਚੀ ਬਿਲਡਿੰਗ ਹੈ। ਉਸ ਤੋਂ ਬਾਅਦ ਡੈਜ਼ਰਟ ਸਫਾਰੀ ਹੈ ਜਿਹਦੇ ਅੰਦਰ ਉਹ ਜਾ ਕੇ, ਤੇ ਦੁਬਈ ਜ਼ੂ ਹੈ, ਦੁਬਈ ਦੇ ਬੀਚ ਨੇ ਜਿਹੜੇ ਬਹੁਤ ਅੱਛੇ ਨੇ, ਪਾਰਕਸ ਬਹੁਤ ਅੱਛੇ ਨੇ, ਤੇ ਦੁਬਈ ਚੂੰਕਿ ਇੱਕ ਟੂਰਿਸਟ ਵਾਸਤੇ ਇੱਕ ਸਪੈਸ਼ਲ ਉਹਨਾਂ ਮੈਂ ਡਿਜ਼ਾਈਨ ਕੀਤਾ ਹੈ, ਹਰ ਐਂਗਲ ਦੇ ਨਾਲ ਦੁਬਈ ਚ ਇੱਕ ਅਟ੍ਰੈਕਸ਼ਨ ਉਹਨਾਂ ਦਿੱਤੀ ਹੈ। ਜਿੱਧਰ ਵੀ ਜਾਓਗੇ ਕੋਈ ਨਾ ਕੋਈ ਤੁਹਾਨੂੰ ਇੱਕ ਅੱਛਾ ਵਿਊ ਮਿਲੇਗਾ। ਜੀ ਜੀ ਜੀ, ਬਿਲਕੁਲ ਮਿਲੇ। ਬਸ ਸਭ ਹੁਣ ਅਸੀਂ ਆ ਜਾਂਦੇ ਹਾਂ ਗੱਖੜ ਦੁਬਾਰਾ, ਸ਼ੁਰੂ ਵੀ ਗੱਖੜ ਤੋਂ ਕੀਤਾ ਸੀ, ਪਿਛਾ ਫਿਰ ਗੱਖੜ ਆਉਂਦੇ ਹਾਂ ਕਿ ਯੂਨਾਈਟਿਡ ਵੈਲਫੇਅਰ ਸੁਸਾਇਟੀ ਇਹ ਕਦੋਂ ਬਣੀ ਹੈ ਤੇ ਕਿਉਂ ਬਣੀ ਹੈ? ਬੇਸਿਕਲੀ ਜੀ, ਇਨਸਾਨ ਆਹਰ ਦੁਨੀਆ ਤੋਂ ਜਾਣਾ, ਕੋਈ ਸ਼ੱਕ ਨਹੀਂ, ਹਰ ਜ਼ੀਰੋ ਨੇ ਮੌਤ ਦਾ ਮਜ਼ਾ ਚੱਖਣਾ।
ਮੈਂ ਬਚਪਨ ਚ ਇੱਕ ਆਪਣੀ ਕਿਤਾਬ ਚ ਕਹਾਣੀ ਪੜ੍ਹੀ ਸੀ ਜੀ, ਜੋ ਤਿੰਨ ਮੁਸਾਫ਼ਰ ਸਫ਼ਰ ਕਰਦੇ ਨੇ ਤੇ ਇੱਕ ਗਾਰ ਦੇ ਵਿੱਚ ਕੈਦ ਹੋ ਜਾਂਦੇ ਨੇ, ਅੱਗੇ ਪੱਥਰ ਆ ਜਾਂਦਾ, ਇਹ ਇੱਕ ਹਦੀਸ ਸ਼ਰੀਫ ਦਾ ਮਫਹੂਮ ਹੈ। ਮਨ ਚ ਧਿਆਨ ਮਾਰਿਆ ਗਿਆ ਸੀ ਵੀ ਕੋਈ ਅਮਲ ਕਰੀਏ, ਕਿਧਰੇ ਅਸੀਂ ਵੀ ਕਿਧਰੇ ਅੱਲਾ ਨੂੰ ਮਤਲਬ ਦੱਸ ਸਕੀਏ ਕਿ ਯਾ ਅੱਲਾ ਸੀ ਵੀ ਕੁਛ। ਦੂਸਰੀ ਚੀਜ਼ ਇਹ ਸੀ ਕਿ ਜਦੋਂ ਦੁਨੀਆਂ ਤੋਂ ਬੰਦਾ ਜਾਏ ਨਾ ਜੀ, ਤੇ ਮੇਰਾ ਇਮਾਨ ਦਾ ਕਿੱਸਾ ਕਿ ਉਹਨੂੰ ਆਖਰੀ ਹਿਚਕੀ ਹੈ ਨਾ ਜੀ, ਤੋ ਥੋੜਾ ਜਿਹਾ ਸੈਟੀਸਫਾਈਡ ਹੋ ਕੇ ਦੁਨੀਆਂ ਤੋਂ ਜਾਏ ਕਿ ਮੈਂ ਜਿਹੜਾ ਮਕਸਦ ਵਾਸਤੇ ਆਏ ਆ ਸਾਂ, ਮੈਂ ਉਹਦਾ ਕੁਛ ਨਾ ਕੁਛ ਕਰਕੇ ਜਾ ਰਿਹਾ। ਕਾਮਯਾਬ ਨਹੀਂ ਵੀ ਹੋਇਆ ਲੇਕਿਨ ਮੈਂ ਕੀਤਾ ਜ਼ਰੂਰ। ਕਾਮਯਾਬੀ ਨਾਕਾਮੀ ਦੇ ਫੈਸਲੇ ਤੇ ਮੇਰੇ ਤੁਹਾਡੇ ਹੱਥ ਚ ਨਹੀਂ, ਇਨਸਾਨ ਦੇ ਅਖਤਿਆਰ ਚ ਸਿਰਫ ਕੋਸ਼ਿਸ਼ ਹੈ। ਔਰ ਮੇਰਾ ਇਮਾਨ ਹੈ ਕਿ ਅੱਛੇ ਕੰਮ ਵਾਸਤੇ ਤੁਸੀਂ ਕੋਸ਼ਿਸ਼ ਕਰਦੇ ਹੋ ਨਾ ਜੀ, ਤੁਹਾਡੀ ਨਾਕਾਮੀ ਨਹੀਂ ਹੁੰਦੀ ਉਹਦੇ ਚ। ਬੜੇ ਬੜੇ ਅੰਬੀਆ ਨੇ ਬੜੀ ਤਬਲੀਗ ਕੀਤੀ ਹੈ, ਕੋਈ ਫਾਲੋਅਰ ਨਹੀਂ ਹੈ। ਅੱਛੇ ਕੰਮ ਦੇ ਵਿੱਚ ਨਾਕਾਮੀ ਵੀ ਕਾਮਯਾਬੀ। ਅਗਰ ਅਸੀਂ ਨੈਗੇਟਿਵ ਸੈਂਸ ਕੁਛ ਵੀ ਕਰ ਰਹੇ ਹਾਂ ਤੇ ਉਹਦੇ ਚ ਕਾਮਯਾਬੀ ਵੀ ਨਾਕਾਮੀ। ਤੇ ਇਨਸਾਨ ਨੂੰ ਅੱਲਾ ਸੁਬਹਾਨਹੁ ਵਤਾਲਾ ਨੇ ਸਿਰਫ ਕੋਸ਼ਿਸ਼ ਦਾ ਅਖਤਿਆਰ ਦਿੱਤਾ ਹੈ, ਇਸ ਤੋਂ ਬਾਅਦ ਉਹਦਾ ਰਿਜ਼ਲਟ ਕੀ ਹੈ। ਤੁਸੀਂ ਈਦੀ ਸਾਹਿਬ ਨੂੰ ਅਗਰ ਐਜ਼ ਆ ਐਗਜ਼ਾਮਪਲ ਗੌਰ ਕਰੀਏ ਤੇ ਈਦੀ ਸਾਹਿਬ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਸੀ ਕਿ ਮੇਰਾ ਦੁਨੀਆਂ ਦਾ ਸਭ ਤੋਂ ਵੱਡਾ ਸੈਟਅਪ ਹੋਏਗਾ। ਈਦੀ ਸਾਹਿਬ ਤੇ ਆਪਣੇ ਐਂਬੂਲੈਂਸ ਲੈ ਕੇ ਨਿਕਲੇ ਸਨ। ਤੁਹਾਡੇ ਅਖਤਿਆਰ ਚ ਪੈਰ ਪੁੱਟਣਾ ਅੱਗੋਂ ਅੱਲਾ ਤਾਲਾ ਯਾਦ ਦੀ ਕਿੱਥੋਂ ਤੱਕ ਤੁਹਾਨੂੰ ਲੈ ਕੇ ਜਾਂਦੀ ਹੈ, ਇਹ ਮੇਰੇ ਮਾਲਕ ਕੋਲ ਹੈ। ਇਹਦੇ ਚ ਦੋ ਚੀਜ਼ਾਂ ਨੇ, ਤੁਹਾਡੀ ਐਫਰਟ, ਤੁਹਾਡਾ ਖਲੂਸ, ਫਿਰ ਰੱਬ ਦੀ ਜ਼ਾਤ ਤੁਹਾਡੇ ਨਾਲ ਹੁੰਦੀ ਹੈ। ਉਹ ਜਿੰਨਾ ਖਲੂਸ ਹੁੰਦਾ ਉਨੀ ਤੁਹਾਡੀ ਸਟਰਗਲ ਵੀ ਵਧਾ ਦਿੰਦਾ, ਦਿਲਾਂ ਚ ਗੱਲ ਪਾ ਦਿੰਦਾ ਅੱਲਾ, ਫਿਰ ਇਨਸਾਨ ਨੂੰ ਉਸੇ ਤਰ੍ਹਾਂ ਦੇ ਸਮਰਾਟ ਮਿਲਦੇ। ਬੇਸਿਕਲੀ ਵਾਲਦ ਸਾਹਿਬ ਨੂੰ ਜੀ ਕੈਂਸਰ ਹੋਇਆ, ਮੇਰੇ ਵਾਲਦ ਸਾਹਿਬ ਦਾ ਦੋ ਦਿਨ ਦਾ ਕੰਮ ਸੀ। 1999 ਦੇ ਅੰਦਰ ਨਾ ਉਹਨਾਂ ਦਾ ਡਾਇਗਨੋਜ਼ ਹੋ ਗਿਆ ਸੀ ਮਲਟੀਪਲ ਮਾਇਲੋਮਾ, ਹੱਡੀਆਂ ਦਾ ਕੈਂਸਰ। ਉਸ ਤੋਂ ਪਹਿਲਾਂ ਕਿਸੇ ਹਸਪੀਟਲ ਚ ਨਹੀਂ ਗਏ। ਜ਼ਿੰਦਗੀ ਦੀ ਦੌੜ ਜੀ, ਜਿਸ ਤਰ੍ਹਾਂ ਸਾਰੀ ਦੁਨੀਆ ਸੀ ਵੀ ਸਾਂ, ਜਿੰਨਾ ਹਸਪੀਟਲ ਐਡਮਿਸ਼ਨ ਹੋ ਜਾਂਦਾ ਫਿਰ ਉੱਥੇ ਇੱਕ ਨਾ ਇੱਕ ਨਵੀਂ ਦੁਨੀਆ ਵੇਖੀ ਫਸਟ ਟਾਈਮ। ਉੱਥੇ ਜਾ ਕੇ ਨਾ ਤੇ ਮੈਂ ਹਰ ਕੈਟਾਗਰੀ ਦੇ ਲੋਕਾਂ ਨੂੰ ਵੇਖਿਆ, ਜਿਹਦੇ ਚ ਬੱਚੇ, ਬੁੱਢੇ, ਔਰਤਾਂ, ਜਵਾਨ, ਗਰੀਬ, ਅਮੀਰ, ਮੇਰੇ ਹੱਥਾਂ ਚ ਬੜੇ ਲੋਕਾਂ ਨੇ ਦਮ ਤੋੜਿਆ। ਤੇ ਉਸ ਟਾਈਮ ਅਸੀਂ ਗੁਜਰਾਂਵਾਲੇ ਜਦੋਂ ਜਾਂਦੇ ਸਾਂ ਨਾ ਜੀ ਲਾਹੌਰ, ਤੇ ਅਸੀਂ ਐਂਬੂਲੈਂਸ ਕਰਵਾ ਕੇ ਜਾਂਦੇ ਸਾਂ। ਮੈਂ ਆਪਣੇ ਤੌਰ ਤੇ ਸੋਚਿਆ ਕਿ ਈਦੀ ਸੈਂਟਰ ਜਿਹੜਾ ਪਾਕਿਸਤਾਨ ਚ ਨਹੀਂ ਦੁਨੀਆਂ ਦਾ ਸਭ ਤੋਂ ਵੱਡਾ ਐਂਬੂਲੈਂਸ ਸੈਂਟਰ ਹੈ। ਗੱਖੜ ਦੀ ਸਰਜ਼ਮੀਨ ਤੇ ਕੋਈ ਐਂਬੂਲੈਂਸ ਸਰਵਿਸ ਨਹੀਂ ਸੀ, ਜਦਕਿ ਉਸ ਟਾਈਮ ਰਫੀਕ ਤਾਰੜ ਸਾਹਿਬ ਪ੍ਰੈਜੀਡੈਂਟ ਸਨ। 1999-2000 ਚ ਆਈ ਜੀ ਪੰਜਾਬ ਵੀ ਸਾਡੇ ਅਹਿਮਦ ਨਸੀਮ ਸਾਹਿਬ ਗੱਖੜ ਦੇ ਸਨ, ਹੋਰ ਵੀ ਮਾਰੂਫ ਹੈ ਨਾ ਇੱਥੇ ਫੈਮਿਲੀ, ਔਰ ਇੱਥੇ ਵੀ ਮਾਸ਼ਾਅੱਲਾ ਸਾਹਿਬ ਸਰਵਿਸ ਲੋਕ ਸਨ। ਲੋਕਾਂ ਦੇ ਅੰਦਰ ਵੀ ਕੋਈ ਕਮੀ ਨਹੀਂ ਸੀ, ਬੇਸਿਕਲੀ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਸੀ ਜਿਹਦੇ ਤੇ ਟਰਸਟ ਕੀਤਾ। ਹਾਂਜੀ, ਹਾਹਿਸ਼ ਮੌਜੂਦ ਸੀ, ਰੋਡ ਤੇ ਐਕਸੀਡੈਂਟ ਅਕਸਰ ਹੁੰਦੇ ਸਨ, ਲੇਕਿਨ ਬੰਦੇ ਗੱਡੀ ਦੇ ਨਾ ਮਿਲਣ ਦੀ ਵਜ੍ਹਾ ਤੋਂ ਇਹ ਬੜੀ ਪ੍ਰੋਬਲਮ ਸੀ। ਜਦੋਂ ਅਸੀਂ ਇਹ ਸਾਰੀ ਤਹਿਰੀਕ ਲੈ ਕੇ ਚੱਲੇ, ਦੋਸਤਾਂ ਨੂੰ ਕਨਵਿੰਸ ਕੀਤਾ ਤੇ ਹਰ ਜਗ੍ਹਾ ਤੇ ਇੱਕ ਹੀ ਗੱਲ ਹੋਈ ਕਿ ਇਹ ਨਹੀਂ ਪੋਸੀਬਲ, ਇਹ ਅੱਗੇ ਵੀ ਬੜੇ ਆਏ ਉਹਨਾਂ ਕੀਤਾ ਨਹੀਂ ਆਉਣਾ। ਫਿਰ ਹੁਣ ਚੰਦ ਨਾਮ ਨੇ ਕੁਛ, ਅੱਲਾ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਦੁਨੀਆਂ ਤੋਂ ਚਲੇ ਗਏ ਨੇ। ਬਾਬੂ ਗੁਲਾਮ ਸੈਨ ਸਾਹਿਬ ਸਨ ਸਾਡੇ ਨਾਲ, ਮਿਰਜ਼ਾ ਬੈਦੁੱਲਾ ਮੁਗਲ ਸਾਹਿਬ ਸਨ ਜਿਹੜੇ ਦੁਨੀਆਂ ਤੋਂ ਚਲੇ ਗਏ ਨੇ, ਮੀਰ ਲਤੀਫ ਪਹਿਲਵਾਨ, ਇਸੇ ਤਰ੍ਹਾਂ ਜਿਹੜੇ ਹਯਾਤ ਨੇ ਅੱਲਾ ਉਹਨਾਂ ਨੂੰ ਸਿਹਤਾਂ ਦੀ ਰੁਸਤੀ ਦੇ ਵਿੱਚ, ਰਿਆਤ ਸੀਮਾ ਸਾਹਿਬ ਨੇ, ਇਸ ਤਰ੍ਹਾਂ ਚਾਚੀ ਅਨਵਰ ਭੱਟ ਸਾਹਿਬ ਨੇ,
ਉਹ ਵੀ ਦੁਨੀਆਂ ਤੋਂ ਚਲੇ ਗਏ ਨੇ। ਕਾਫੀ ਦੋਸਤ ਸਨ ਜਿਨ੍ਹਾਂ ਨੇ ਨਾ ਸਾਡੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ। ਹਾਂਜੀ, ਫਿਰ ਅਲਹਮਦੁਲਿਲਾ ਹਾਜੀ ਅਖਤਰ ਸਾਹਿਬ ਸੈਂਟਰੀ ਵਾਲੇ ਤੇ ਅੱਲਾ ਦੇ ਫਜ਼ਲ ਦੇ ਨਾਲ ਸਾਰੇ ਐਂਬੂਲੈਂਸ ਇੱਕ ਨੀ ਫਿਰ ਜੀ ਦੋ ਤਿੰਨ ਐਂਬੂਲੈਂਸ ਆਈਆਂ ਉਸ ਤੋਂ ਬਾਅਦ। ਹਾਂਜੀ 2002-3 ਚ ਗੱਡੀ ਆ ਗਈ ਸੀ। ਤੁਸੀਂ ਯੂਨਾਈਟਿਡ ਵੈਲਫੇਅਰ ਸੋਸਾਇਟੀ ਦੀ ਬੁਨਿਆਦ ਰੱਖੀ ਜੀ। ਫਿਰ ਸਾਨੂੰ ਇੱਕ ਯੂਸਫ ਸਾਹਿਬ ਨੇ ਜਿਨ੍ਹਾਂ ਦਾ ਈਡਨ ਗਾਰਡਨ ਮੈਰਿਜ ਆ ਲਿਆ, ਉਹਨਾਂ ਇੱਕ ਸਾਨੂੰ ਨਵੀਂ ਗੱਡੀ ਲੈ ਕੇ ਦਿੱਤੀ ਬ੍ਰਾਂਡ ਨਿਊ, ਪਹਿਲੇ ਅਸੀਂ ਯੂਜ਼। ਹਾਂਜੀ ਅੱਛਾ। ਤੇ ਫਿਰ ਅਸੀਂ ਡਿਸਪੈਂਸਰੀਜ਼ ਵੱਲ ਚੱਲੇ, ਫਿਰ ਹਸਪੀਟਲ ਬਣਾਇਆ ਜਿਹੜਾ ਕਿ ਸਦਾਕਤ ਬੇਗਮ ਮੈਮੋਰੀਅਲ ਰਾਣਾ ਸਜਾਦ ਸਾਹਿਬ ਦਾ ਬੜਾ ਕੰਟਰੀਬਿਊਸ਼ਨ ਸੀ ਐਕਸਨ ਚਿਕਸ ਵਾਲੇ। ਇਸੇ ਤਰ੍ਹਾਂ ਡਾਰ ਫੈਮਿਲੀ ਹੈ, ਉਹਨਾਂ ਨੇ ਬੜਾ ਸਾਨੂੰ ਸਪੋਰਟ ਕੀਤਾ। ਤੁਸੀਂ ਦੱਸਿਆ ਨਾ ਕਿ 2-3-4 ਐਂਬੂਲੈਂਸਾਂ ਹੋ ਗਈਆਂ, ਹਸਪੀਟਲ ਬਣ ਗਿਆ, ਜਿਹੜੀ ਬੇਸ ਹੁੰਦੀ ਹੈ ਨਾ, ਸਟਾਰਟ ਹੁੰਦੀ ਹੈ, ਪਹਿਲੀ ਐਂਬੂਲੈਂਸ ਚੰਦਾ ਕੀਤਾ ਜਾਂ ਕਿਸੇ ਇੱਕ ਬੰਦੇ ਦਿੱਤੀ ਜਾਂ ਕੀ ਸੀਨ ਹੋਇਆ ਸੀ? ਮੈਂ ਚੋਰੀ ਰਿਆਤ ਸੀਮਾ ਸਾਹਿਬ ਕੋਲ ਗਿਆ ਸਾਂ, ਕਿਸੇ ਨੇ ਦੱਸਿਆ ਬੜੇ ਅੱਛੇ ਮਤਲਬ ਦਰਦ ਰੱਖਣ ਵਾਲੇ ਨੇ ਤੇ ਉਹ ਕਰਨਗੇ ਤੁਹਾਡੇ ਨਾਲ, ਤਾਂ ਉਹਨਾਂ ਕੋਲ ਚੱਲੀਏ। ਜ਼ਮਾਨ ਭੱਟ ਸਾਹਿਬ ਵੀ ਸਨ, ਇਸੇ ਤਰ੍ਹਾਂ ਨਿਸਾਰ ਵਾਨ ਸਾਹਿਬ, ਕਾਫੀ ਦੋਸਤ ਨਾਲ ਗਏ, ਰਮਜਦ ਰਾਂਝਾ ਡਾਰ। ਚੋਰੀ ਸਾਹਿਬ ਨੇ 500 ਰੁਪਇਆ ਦਿੱਤਾ ਸਾਨੂੰ ਰਿਆਤ ਸੀਮਾ ਸਾਹਿਬ ਨੇ, ਤੇ ਉਹਨਾਂ ਕਿਹਾ 500 ਰੁਪਇਆ ਤੁਸੀਂ ਲੈ ਜਾਓ, ਤੁਸੀਂ ਆਇਓ, ਲੇਕਿਨ ਐਂਬੂਲੈਂਸ ਨਹੀਂ ਆਉਣੀ। ਇਸ ਤੋਂ ਪਹਿਲੇ ਵੀ ਬੜੇ ਬੰਦੇ ਆਏ ਤੇ ਨਹੀਂ ਆਉਂਦੇ। ਅਸੀਂ ਉਹ 500 ਰੁਪਇਆ ਲੈ ਕੇ ਅਲਕਾਸਮ ਮੋਟਰ ਤੇ ਮੈਂ ਚਲਾ ਗਿਆ। ਮੈਂ ਉਹਨਾਂ ਨੂੰ ਕਿਹਾ ਜੀ ਗੱਡੀ ਚਾਹੀਦੀ ਹੈ, ਤੁਹਾਨੂੰ ਪੈਸੇ ਦੇ ਦਿਆ। 500 ਲੈ ਕੇ ਚਲਾ ਗਿਆ ਰਾਵਾਲੀ। ਜੋ ਹੀ ਐਂਬੂਲੈਂਸ ਆਈ ਹੈ, ਫਿਰ ਸਾਰੇ ਲੋਕਾਂ ਨੇ ਬੜੇ ਤਾਮਨ ਕੀਤਾ। ਚੋਰ ਸਾਹਿਬ ਘਰ ਆ ਕੇ ਪੈਸੇ ਦੇ ਕੇ ਗਏ, ਜਿਹੜੇ ਲੋਕਾਂ ਨੇ ਅਸੀਂ ਜਾ ਕੇ ਰਿਕੁਐਸਟ ਕਰਦੇ ਸਾਂ। ਸ਼ਾਹਦ ਨਜ਼ੀਰ ਚੰਦੜ ਬੜਾ ਅੱਛਾ ਨਾਮ ਹੈ, ਹਾਜੀ ਅਨਵਾਰੁਲ ਹਕ ਹਜ਼ਰਾ ਹਾਜੀ ਸਾਹਿਬ ਨੇ ਬੜਾ ਤਾਮਨ ਕੀਤਾ। ਫਿਰ ਇਹਨਾਂ ਸਾਰੇ ਦੋਸਤਾਂ ਨੇ ਨਾ ਬੜਾ ਹੀ ਤਾਮਨ ਕੀਤਾ। ਪਹਿਲੀ ਐਂਬੂਲੈਂਸ 500 ਦੀ ਬੁਨਿਆਦ ਤੇ ਤੁਹਾਡੇ ਕੋਲ ਆ ਗਈ। ਹਾਂਜੀ ਆ ਗਈ ਸੀ, ਲੇਕਿਨ ਉਹ ਮੈਂ ਮੇਰੀ ਪਰਸਨਲ ਇੱਕ ਅਸੈਸਮੈਂਟ ਸੀ ਕਿ ਪੈਸੇ ਦੇਣਾ ਚਾਹੁੰਦੇ ਨੇ ਲੋਕ, ਕੰਮ ਵੇਖ, ਲੇਕਿਨ ਵੇਖਣਾ ਚਾਹੁੰਦੇ ਨੇ ਕਿ ਕੰਮ ਵੀ ਹੈਗਾ ਕਿ ਨਹੀਂ। ਕਿਉਂਕਿ ਇਸ ਤੋਂ ਪਹਿਲੇ ਲੋਕਾਂ ਨੇ ਇਹ ਜਿਹੜਾ ਨਾ ਸਲੋਗਨ, ਇਹਦੇ ਤੇ ਕੰਮ ਕੀਤਾ, ਲੋਕਾਂ ਦੀ ਕਲੈਕਸ਼ਨ ਹੋਈ, ਲੇਕਿਨ ਬੰਦੇ ਗਾਇਬ ਹੋ ਗਏ, ਨਾ ਉਹ ਪੈਸਾ ਮਿਲਿਆ ਨਾ ਉਹ ਕੰਮ ਹੋਇਆ। ਤੇ ਉਸ ਤੋਂ ਬਾਅਦ ਫਿਰ ਅਲਹਮਦੁਲਿਲਾ ਕੋਈ ਕਿਸੇ ਕਿਸਮ ਦਾ, ਮੇਰੇ ਨਾਲ ਮੁਜ਼ੰਮਲ ਸਾਬਤ ਸੀ, ਸ਼ਫੀਕ ਸੀ ਲੜਕਾ, ਮੁਨੀਰ ਮੁਗਲ ਸਾਹਿਬ, ਇਕਬਾਲ ਮੁਗਲ ਸਾਹਿਬ, ਅਨਵਰ ਅਜ਼ਮਤ ਹੰਜਰਾ, ਇਹ ਸਾਰੇ ਸੀ ਫਿਰ ਦੋਸਤ। ਕਿੰਨੇ ਸਾਲ ਤੁਸੀਂ ਇਹਦੇ? ਵੇਖੋ ਮਹਿਮੂਦ ਬਾਗ ਸਾਹਿਬ ਮੇਰੇ ਵੱਡੇ ਭਾਈ ਸਨ, ਉਹਨਾਂ ਨੇ ਬਹੁਤ ਜ਼ਿਆਦਾ ਉਸ ਜਿਹੜੀ ਅਸੀਂ ਰਿਮੇਨਿੰਗ ਪੇਮੈਂਟ ਸੀ ਉਹਦੇ ਚ ਉਹਨਾਂ ਦਾ ਕੰਟਰੀਬਿਊਸ਼ਨ ਸੀ। ਹਾਂਜੀ। ਤੇ ਕਿੰਨੇ ਸਾਲ ਤੁਸੀਂ ਇਹਦੇ ਸਦਰ ਰਹੇ ਹੋ? ਮੈਂ ਸਰ ਤਕਰੀਬਨ ਸਾਰੇ ਕਾਬਲ ਇਹਤਰਾਮ ਸਾਥੀ ਸਨ, ਮੈਂ ਕਦੀ ਕੋਈ ਕਾਰਡ ਨਹੀਂ ਬਣਵਾਇਆ ਸੀ। ਜ਼ਿੰਮੇਵਾਰੀ ਦੇਣੀ ਹੁੰਦੀ ਹੈ, ਮੈਂ ਉਹ ਇੰਜਨ ਬਣਨਾ ਹੁੰਦਾ ਜੀ। ਮੁਦੱਸਰ ਕਾਦਰ ਸਭਾ ਸਾਹਿਬ ਜਨਰਲ ਸੈਕਟਰੀ ਸਨ, ਦੋਸਤਾਂ ਨੇ ਮੈਨੂੰ ਐਜ਼ ਆ ਪ੍ਰੈਜ਼ੀਡੈਂਟ ਨਾਮੀਨੇਟ ਕੀਤਾ ਸੀ। ਤੇ ਤਾਰਨ ਮਾਰਕੀਟ ਚ ਯੂਕੂਬ ਤਾਰਨ ਸਾਹਿਬ ਵਾਲਾ ਜਨਰਲ ਨਸੀਬ ਕਰੇ, ਉਹਨਾਂ ਨੇ ਫ੍ਰੀ ਆਫਿਸ ਦਿੱਤਾ ਸੀ। ਹਾਂਜੀ, ਉੱਥੇ ਆਫਿਸ ਸੀ ਤੇ ਉਹ ਕੋਈ ਪੈਸਾ ਨਹੀਂ ਸਨ ਲੈਂਦੇ, ਨਾ ਬਿਜਲੀ ਦਾ ਨਾ ਆਫਿਸ ਦਾ। ਤੇ ਮੈਂ 2014 ਤੱਕ ਰਿਹਾ ਜੀ। 2000 ਸਲੀਮ ਅਖਤਰ ਸਲੀਮ ਸਾਹਿਬ ਸਨ, MS ਅਖਤਰ, ਬੜੇ ਅੱਛੇ ਸਾਥੀ ਸਨ, ਉਹ ਫੌਤ ਹੋ ਗਏ ਨੇ। ਤੇ ਇੱਕ ਉਹ ਡਿਸਪੈਂਸਰੀ ਮਾਸ਼ਾਅੱਲਾ ਦੀ ਚੱਲ ਰਹੀ, ਇੱਕ ਸਾਡੀ ਡਿਸਪੈਂਸਰੀ ਨੂਰਾਨੀ ਚੌਕ ਚ ਚੱਲ ਰਹੀ ਹੈ, ਚੌਧਰੀ ਮੁਹੰਮਦ ਸੈਨ ਪਟਵਾਰੀ ਚੌਕ ਚ, ਚੌਧਰੀ ਗੁਲਾਮ ਸੈਨ ਚੀਮਾ ਮੈਮੋਰੀਅਲ ਦੇ ਨਾਮ ਤੋਂ।
ਇਸੇ ਤਰ੍ਹਾਂ ਸਦਾਕਤ ਬੇਗਮ ਮੈਮੋਰੀਅਲ ਹਸਪੀਟਲ ਹੈ ਜਿਹੜਾ ਸਬਜ਼ ਮੰਡੀ ਦੇ ਬਿਲਕੁਲ ਸਾਹਮਣੇ ਜਿੱਟ ਰੋਡ ਤੇ ਮੈਟਰਨਿਟੀ ਦਾ, ਅੱਜ ਵੀ ਡਿਜ਼ਰਵਿੰਗ ਲੋਕਾਂ ਨੂੰ ਫ੍ਰੀ ਮਾਸ਼ਾਅੱਲਾ ਉੱਥੇ ਟ੍ਰੀਟਮੈਂਟ ਮਿਲਦੀ ਹੈ ਤੇ ਜਿਹੜੇ ਪੇ ਕਰ ਸਕਦੇ ਨੇ ਇੰਤਹਾਈ ਨਾਮੀਨਲ ਚਾਰਜਸ ਹੈ। ਯਾਨੀ ਅਗਰ ਉਹਨਾਂ ਨੂੰ ਅਸੀਂ ਮਾਰਕੀਟਾਂ ਨਾਲ ਕੰਪੇਅਰ ਕਰਾਂਗੇ ਨਾ ਜੀ, ਤਾਂ 1/3 ਹੁੰਦੇ ਨੇ ਆਲਮੋਸਟ। 2000 ਤੋਂ ਲੈ ਕੇ ਅੱਜ 2024 ਚੱਲ ਰਿਹਾ, 24 ਸਾਲ ਹੋ ਗਏ ਨੇ, ਤੁਸੀਂ ਸਮਝਦੇ ਹੋ ਕਿ ਕਿੰਨੀ ਕੁ ਕਾਮਯਾਬੀ ਮਿਲੀ ਹੈ ਤੇ ਤੁਹਾਡਾ ਕਿੰਨਾ ਕੁ ਜਿਹੜਾ ਨਾ ਉਹ ਦਿਲ ਦਿਮਾਗ ਦੇਨ ਮੁਤਮਿਨ ਨੇ ਕਿ ਯਾਰ ਮੈਂ ਜਿਹੜਾ ਕੰਮ ਸ਼ੁਰੂ ਕੀਤਾ ਸੀ ਨਾ 24 ਸਾਲ ਪਹਿਲਾਂ ਜੀ ਜੀ, ਤੇ ਅੱਜ ਮੈਂ ਮੁਤਮਿਨ ਆ ਕਿ ਮੈਂ ਠੀਕ ਸੀ ਕੰਮ ਤੇ ਉਹ ਠੀਕ ਹੋ ਰਿਹਾ ਹੈ ਜਾਂ ਉਹਦੇ ਪ੍ਰੋਜੈਕਟ ਅੱਜ ਵੀ ਕੰਮ ਕਰ ਰਹੇ ਨੇ, ਮੈਂ ਖੁਸ਼ ਹਾਂ ਤੇ ਮੁਤਮਿਨ ਹਾਂ। ਮੈਂ ਜੀ ਆਪਣੇ ਦੋਸਤਾਂ ਦਾ ਬੜਾ ਮਸ਼ਕੂਰ ਹਾਂ, ਅੱਜ ਵੀ ਬੜੀ ਮਿਹਨਤ ਕਰ ਰਿਹਾ, ਲੇਕਿਨ ਇੱਕ ਥੋੜੀ ਜਿਹੀ ਤਕਲੀਫ ਹੈ ਸਾਨੂੰ ਨਾ, ਰਾਣਾ ਸਜਾਦ ਸਾਹਿਬ ਨੇ ਇੱਕ ਜਗ੍ਹਾ ਦਿੱਤੀ ਹੈ, ਦੋ ਫੈਮਿਲੀਜ਼ ਦਾ ਬਹੁਤ ਕੰਟਰੀਬਿਊਸ਼ਨ ਹੈ ਉਹਦੇ 'ਚ, ਰਿਆਜ਼ ਚੀਮਾ ਸਾਹਿਬ ਚੋਰੀ ਰਿਆਜ਼ ਅਹਿਮਦ ਚੀਮਾ ਅਤੇ ਰਾਣਾ ਸਜਾਦ ਫੈਮਿਲੀ। ਰਾਣਾ ਸਾਹਿਬ ਨੇ ਇੱਕ ਜਗ੍ਹਾ ਦਿੱਤੀ ਹੈ ਸਾਨੂੰ, ਡੋਨੇਟ ਕੀਤੀ, ਅਸੀਂ ਉੱਥੇ ਆਪਣੀ ਇਹ ਜਿਹੜਾ ਹੋਸਪਿਟਲ ਦੀ ਜਗ੍ਹਾ ਮੈਂ ਕਲੀਅਰ ਕਰਦੇ ਹਾਂ, ਇਹ ਸਾਡੀ ਰੈਂਟ 'ਤੇ ਜਗ੍ਹਾ। ਕਿਹੜੇ ਹੋਸਪਿਟਲ ਦੀ? ਸਦਾਕਤ ਬੇਗਮ। ਜਗ੍ਹਾ ਮੌਜੂਦ ਹੈ, ਤੇ ਉਸ ਲੈਵਲ ਦੀ ਅਸੀਂ ਇੰਪਰੂਵਮੈਂਟ ਨਹੀਂ ਹੋ ਸਕੀ ਜਿਹੜੀ ਐਕਸਪੈਕਟ ਕਰ ਰਹੇ ਸਾਂ। ਹਾਂ, ਮਤਲਬ ਜੋ ਤੁਹਾਡੇ ਦਿਲ ਦੀ ਤਮੰਨਾ ਸੀ ਕਿ ਸਾਡਾ ਹਸਪੀਟਲ ਹੋਵੇ, ਇਦਾਰਾ ਹੋਵੇ, ਉਹ ਨਹੀਂ ਹੋ ਸਕਿਆ, ਉਹ ਨਹੀਂ ਹੋ ਸਕਿਆ, ਬਾਕੀ ਸਿਸਟਮ ਚੱਲ ਰਿਹਾ। ਯਾਨੀ ਸਾਡੇ ਵਾਸਤੇ ਰੋਲ ਮਾਡਲ ਸੀ ਹਵਾ ਮੈਮੋਰੀਅਲ ਵਜ਼ੀਰਾਬਾਦ ਦਾ, ਅਸੀਂ ਚਾਹੁੰਦੇ ਸਾਂ ਉਸ ਲੈਵਲ ਦਾ, ਜਾਂ ਅਲਾਮਾ ਇਕਬਾਲ ਹਸਪੀਟਲ ਸੀ, ਅਲਾਮਾ ਇਕਬਾਲ ਮੈਮੋਰੀਅਲ ਚਾਹੁੰਦਾ ਜੀ ਚਾਹੁੰਦਾ ਜ਼ਿਲ੍ਹਾ। ਅੱਛਾ, ਇਨਸ਼ਾਅੱਲਾ ਕਰਾਂਗੇ, ਇਨਸ਼ਾਅੱਲਾ ਉਹ ਵੀ ਆਏਗਾ ਵਕਤ ਤਾਂ ਕਰੀ। ਇਹ ਜਿਹੜੇ ਤੁਹਾਡੇ ਕੋਲ ਜਗ੍ਹਾ ਹੈ ਹਸਪੀਟਲ ਦੀ, ਇਹਦੀ ਲੋਕੇਸ਼ਨ ਕੀ ਹੈ? ਕਿਤੇ ਜੀਟੀ ਰੋਡ ਤੇ ਹੋਵੇ ਜਾਂ ਕਿਤੇ ਹਟਵੀਂ ਜਗ੍ਹਾ ਹੈ? ਇਹ ਜਗ੍ਹਾ ਹੈ ਜੀ ਪੀਰਕੋਟ ਰੋਡ। ਪੀਰਕੋਟ ਜੀ ਜੀ। ਤੇ ਹੁਣ ਆਖਰ 'ਚ ਜਿਹੜੇ ਤੁਹਾਡੇ ਗੱਖੜ ਦੇ ਦੋਸਤ ਨੇ ਜਾਂ ਗੱਖੜ ਦੇ ਸ਼ਹਿਰੀ ਨੇ ਜਾਂ ਜਿਹੜੇ ਸਾਡੇ ਚੈਨਲ ਦੇ ਤਵੱਸਤ ਨਾਲ ਤੁਹਾਨੂੰ ਵੇਖ ਰਹੇ ਨੇ ਜੀ, ਆਪਣੀ ਸੁਸਾਇਟੀ ਦੇ ਹਵਾਲੇ ਦੇ ਨਾਲ ਕੋਈ ਮੈਸੇਜ ਦੇਣਾ ਚਾਹੋਗੇ? ਜੀ, ਮੈਂ ਇਹ ਅਰਜ਼ ਕਰਨਾ ਚਾਹੁੰਦਾ ਕਿ ਹਰ ਇਨਸਾਨ ਨੂੰ ਆਪਣੇ ਲੈਵਲ ਦੇ ਮੁਤਾਬਕ ਜਿਸ ਤਰ੍ਹਾਂ ਵੀ ਹੋ ਸਕਦਾ ਹੈ, ਜਿਸ ਵੀ ਉਹ ਦਾਇਰੇ 'ਚ, ਇਨਸਾਨੀਅਤ ਦੇ ਵਾਸਤੇ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ। ਮੇਰਾ ਇਮਾਨ ਇਹ ਵੇ ਕਿ ਸਾਰੀ ਇਬਾਦਤ ਜਿਹੜੀਆਂ ਨੇ ਨਾ, ਉਹਨਾਂ ਦੀ ਆਪਣੀ ਇੱਕ ਮੁਸੰਮਮ ਵੈਲਿਊ ਹੋਵੇ, ਉਹ ਜ਼ਰੂਰ ਕਰਨੀਆਂ ਚਾਹੀਦੀਆਂ ਨੇ, ਜਿਸ ਵੀ ਕੀਤੇ, ਜਿਸ ਵੀ ਮਸਲਕ, ਜਿਸ ਵੀ ਮਜ਼ਹਬ ਨਾਲ ਤੁਸੀਂ ਤਾਲਕ ਰੱਖਦੇ ਹੋ, ਹਾਂ ਤੁਸੀਂ ਮੁਸਲਮਾਨ ਹੋ, ਤੁਸੀਂ ਹਿੰਦੂ ਹੋ, ਸਿੱਖ, ਜਿਹੜੀ ਵੀ ਕਮਿਊਨਿਟੀ ਦੇ, ਉਹਨੂੰ ਆਪਣੇ ਮਜ਼ਹਬ ਦੇ ਮੁਤਾਬਕ ਜਿਹੜੀਆਂ ਜਿਹੜੀਆਂ ਉਹਦੀਆਂ ਇਬਾਦਤ ਨੇ ਉਹ ਕਰੇ। ਉਹ ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਕਿ ਸਭ ਧਰਮਾਂ ਦੀਆਂ ਮੁਕੱਦਸ ਥਾਵਾਂ ਇੱਕੋ ਜਿਹੀਆਂ, ਉਸੇ ਤਰ੍ਹਾਂ ਸਾਡੇ ਸਭ ਦੀਆਂ ਸਾਂਝੀਆਂ ਮਾਵਾਂ ਇੱਕੋ ਜਿਹੀਆਂ। ਇਹ ਹਰ ਧਰਮ ਦੀ ਜਗ੍ਹਾ ਜਿਹੜੀ ਹੈ ਨਾ ਜੀ, ਉਸੇ ਬੜੀ ਮੁਕੱਦਸ ਹੁੰਦੀ ਹੈ, ਤੇ ਇਹ ਸਾਰੀਆਂ ਇਬਾਦਤ ਦਾ ਮੇਰੇ ਕਹਿਣ ਦਾ ਮਕਸਦ ਸੀ ਇੱਕ ਆਪਣੀ ਵੈਲੀ ਹੈ, ਲੇਕਿਨ ਜਿਹੜੀ ਇਨਸਾਨੀਅਤ ਦੀ ਖਿਦਮਤ ਹੈ ਨਾ ਜੀ, ਉਹ ਮੈਂ ਸਮਝਣਾ ਉਹ ਵੀ ਇੱਕ ਮਕਬੂਲ ਇਬਾਦਤ ਹੈ। ਉਹ ਹਰ ਬੰਦੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਤਾਈ ਮਹੱਲੇ ਗਲੀ 'ਚ, ਜਿੱਥੇ ਤੁਸੀਂ ਵੇਖੋ, ਉਹ ਬੰਦਾ ਬੜਾ ਖੁਸ਼ਕਿਸਮਤ ਹੁੰਦਾ ਹੈ ਜਿਸ ਬੰਦੇ ਕੋਲ ਰੱਬ ਦੀ ਜ਼ਾਤ ਆਪਣੀ ਇਨਸਾਨੀਅਤ ਵਾਸਤੇ, ਜ਼ਰੂਰੀ ਨਹੀਂ ਕਿ ਕੋਈ ਗੈਰ ਹੀ ਹੋਵੇ, ਕਿਸੇ ਦਾ ਮਾਂ ਬਾਪ ਹੈ, ਕਿਸੇ ਦੀ ਮਾਂ ਹੈ, ਕਿਸੇ ਦਾ ਭਾਈ ਹੈ, ਕਿਸੇ ਦਾ ਮਹੱਲੇਦਾਰ ਹੈ, ਜਿਹੜਾ ਬੁੱਢਾ ਹੈ, ਜਿਹੜਾ ਮਰੀਜ਼ ਹੈ, ਜਿਹੜਾ ਬਿਮਾਰ ਹੈ, ਕੋਸ਼ਿਸ਼ ਕਰੋ
ਰੱਬ ਨੂੰ ਰਾਜ਼ੀ ਕਰਨਾ ਜਾਣਾ ਸ਼ਾਰਟਕੱਟ ਤਰੀਕਾ ਹੈ ਇਹ ਕਿ ਤੁਸੀਂ ਔਰ ਹਰ ਇਬਾਦਤ ਦੀ ਕਜ਼ਾ ਹੈ, ਬਜ਼ੁਰਗ ਦੱਸਦੇ ਨੇ ਖਿਦਮਤ ਦੀ ਤੇ ਕਜ਼ਾ ਹੀ ਨਹੀਂ। ਇਹ ਮੌਕਾ ਮਿਲਿਆ ਤੇ ਇਹਨੂੰ ਅਵੇਲ ਕਰ ਲਓ, ਇਹ ਭਾਰਾ ਲੁੱਟ ਲਓ, ਇਹ ਅਕਾਊਂਟ ਦੇ ਵਿੱਚ ਜਮ੍ਹਾਂ ਕਰ ਲਓ ਆਪਣੀ ਇਬਾਦਤ, ਇਨਸ਼ਾਅੱਲਾ ਇਹ ਮਕਬੂਲ ਤਰੀਨ ਚੀਜ਼ ਹੈ ਜਿਹੜੀ ਰੱਬ ਨੂੰ ਬੜੀ ਪਸੰਦ, ਉਹਦੇ ਸਮਰਾਤ ਵੀ ਰੱਬ ਦਿੰਦਾ। ਤੇ ਮੈਂ ਤੇ ਇਹੀ ਕਹਾਂਗਾ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਹਿੱਸੇ ਦਾ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ, ਜੇ ਰੱਬ ਨੇ ਤੁਹਾਨੂੰ ਮੌਕਾ ਦਿੱਤਾ, ਬੜਾ ਬਹੁਤ ਬੜੀ ਨਿਮਤ ਹੈ ਜ਼ਿੰਦਗੀ। ਇਹਦੇ ਹੱਕ ਅਦਾ ਕਰਨ ਦਾ ਤਰੀਕਾ ਹੀ ਇਹ ਵੇਖੇ ਇਹਦੇ ਚ ਦੂਸਰਿਆਂ ਨੂੰ ਸ਼ਾਮਿਲ ਕੀਤਾ ਜਾਏ। ਤੁਸੀਂ ਬਿਹਤਰੀਨ ਤਰੀਕੇ ਦੇ ਨਾਲ ਅਗਰ ਇਸ ਤਰ੍ਹਾਂ ਦੇ ਮਾਮਲਾਤ ਨੂੰ ਚਲਾਉਂਦੇ ਹੋ, ਮੈਂ ਇਹ ਸਮਝਣਾ ਕਿ ਤੁਸੀਂ ਜਦੋਂ ਦੁਨੀਆਂ ਤੋਂ ਜਾਂਦੇ ਹੋ ਤੇ ਬੰਦੇ ਦੇ ਜਾਣ ਦੀ ਵੀ ਕਮੀ ਮਹਿਸੂਸ ਹੁੰਦੀ ਤੇ ਜਾਣ ਵਾਲੇ ਨੂੰ ਵੀ ਤਸੱਲੀ ਹੁੰਦੀ ਹੈ ਕਿ ਮੈਂ ਕੁਛ ਨਾ ਕੁਛ ਜਿਹੜਾ ਕੀਤਾ ਆਪਣੇ। ਹਾਂਜੀ ਹਾਂ, ਅਗਰ ਇੱਕ ਜਾਨਵਰ ਦੀ ਤਰ੍ਹਾਂ ਸਿਰਫ ਆਪਣਾ ਪੇਟ, ਆਪਣੇ ਬੱਚੇ, ਆਪਣਾ ਘਰ, ਉਹਦੇ ਸਰਾਊਂਡਿੰਗ ਚ ਬੰਦਾ ਚੱਕਰ ਲਾਉਂਦਾ ਰਹੇ ਕੋਲੂ ਦੇ ਬੈਲ ਦੀ ਤਰ੍ਹਾਂ, ਫਿਰ ਉਹ ਬੰਦਾ ਜਦੋਂ ਵਕਤ ਆਉਂਦਾ ਨਾ ਜੀ, ਇਹ ਤੇ ਹਰ ਮਜ਼ਹਬ ਨੂੰ, ਹਰ ਦੁਨੀਆਂ ਦੇ ਜਿੰਨੇ ਵੀ ਇਨਸਾਨ ਨੇ ਇਸ ਗੱਲ ਦੇ ਉੱਤੇ ਕੰਸੈਂਸਸ ਹੈ ਸਭ ਦਾ, ਆਫਟਰ ਆਲ ਮੌਤ ਜਾਣਾ ਹੈ। ਤੇ ਤੁਸੀਂ ਵੇਖੋ ਨਾ ਜੀ, ਪਾਕਿਸਤਾਨ ਬਣਿਆ, ਗੰਗਾ ਰਾਮ ਪਤਾ ਨੀ ਕਿਹਨੂੰ ਕੌਣ ਸੀ, ਸਾਨੂੰ ਕੀ ਪਤਾ, ਗੁਲਾਬ ਦੇਵੀ ਕੌਣ ਸੀ, ਸਾਨੂੰ ਕੀ ਪਤਾ, ਅੱਜ ਵੀ ਉਹਨਾਂ ਦਾ ਨਾਮ। ਰੱਬ ਦੀ ਜ਼ਾਤ ਖਿਦਮਤ ਕਰਨ ਵਾਲਾ ਬੰਦਾ ਕੋਈ ਵੀ ਹੋਵੇ, ਮਦਰ ਟਰੀਸਾ ਵੇਖ ਲਓ ਤੁਸੀਂ, ਕਿਸੇ ਮਜ਼ਹਬ, ਡਾਕਟਰ ਰੱਥ ਫਾਓ ਵੇਖ ਲਓ ਤੁਸੀਂ, ਕੋਈ ਵੀ ਤੁਸੀਂ ਨਾਮ ਵੇਖ ਲਓ, ਉਹ ਕਦੀ ਖਤਮ ਨਹੀਂ ਹੁੰਦਾ। ਇਹ ਮੇਰੇ ਮਾਲਕ ਦੇ ਫੈਸਲੇ ਨਾ, ਹਾਤਮ ਤਾਈ ਦੇ ਅੰਦਰ ਇੱਕ ਹੀ ਕੁਆਲਿਟੀ ਸੀ, ਉਹ ਬੰਦਾ ਲੋਕਾਂ ਦਾ ਧਿਆਨ ਕਰਦਾ ਸੀ। ਸਰਕਾਰੇ ਦੋ ਆਲਮ ਸੱਲ ਅਲੈਹਿ ਵਸੱਲਮ ਦੇ ਦਰਬਾਰ ਚ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਇੱਜ਼ਤ ਤਕਰੀਮ ਕੀਤੀ ਗਈ ਉਹਨਾਂ ਦੇ ਬਾਪ ਦੀ ਵਜ੍ਹਾ। ਤੇ ਇਹ ਜਿਹੜੀ ਚੀਜ਼ ਹੈ ਨਾ ਜੀ, ਇੱਕ ਐਸੀ ਖੂਬਸੂਰਤ ਚੀਜ਼ ਹੈ ਕਿ ਦੁਸ਼ਮਣ ਦੇ ਦਿਲ ਚ ਵੀ ਤੁਹਾਡੀ ਜਗ੍ਹਾ ਪੈਦਾ ਕਰ ਦਿੰਦੀ। ਇਸ ਵਾਸਤੇ ਇਹ ਬੜਾ ਖੂਬਸੂਰਤ ਰਸਤਾ ਹੈ, ਪਿਆਰ ਮੁਹੱਬਤ ਦਾ, ਅਹਿਸਾਸ ਦਾ, ਔਰ ਇਹ ਸਾਰੀਆਂ ਚੀਜ਼ਾਂ ਮਿਲ ਕੇ ਇਨਸਾਨ ਨੂੰ ਖੂਬਸੂਰਤ ਬਣਾ ਦਿੰਦੀਆਂ। ਇਨਸਾਨ ਮੁਖਤਸਰ ਦੌਰ ਟਾਈਮ ਵਾਸਤੇ ਸਾਨੂੰ ਦੁਨੀਆਂ ਤੇ ਭੇਜਿਆ ਗਿਆ ਤੇ ਉਹ ਦੱਸਦੇ ਨੇ ਕਿ 100 ਸਾਲ ਜ਼ਿੰਦਾ ਰਹਿਣ ਵਾਸਤੇ ਨਾ 100 ਸਾਲ ਉਮਰ ਦੀ ਜ਼ਰੂਰਤ ਨਹੀਂ ਹੁੰਦੀ। ਉਹਨੇ ਕਿਹਾ ਬੇ ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੋਰ ਪਿਆ ਕੋਈ ਹੋਰ। ਇਹ ਉਹਨਾਂ ਲੋਕਾਂ ਵਾਸਤੇ ਗੱਲਾਂ ਨੇ ਜਿਹੜੇ ਲੋਕ ਆਪਣੇ ਹਿੱਸੇ ਦਾ ਕੋਈ ਦੀਵਾ ਬਾਲ ਜਾਂਦੇ। ਲੋ ਜੀ, ਇਹ ਸਾਡੇ ਨਾਲ ਮੌਜੂਦ ਸਨ ਨਾਸਰ ਮਹਿਮੂਦ ਭੱਟ ਸਾਹਿਬ ਤੇ ਇਨਸ਼ਾਅੱਲਾ ਅੱਗੋਂ ਅਸੀਂ ਨਵੇਂ ਪ੍ਰੋਗਰਾਮ ਨਵੇਂ ਪ੍ਰਾਹੁਣੇ ਨਾਲ ਤੁਹਾਨੂੰ ਮਿਲਾਂਗੇ। ਸਾਨੂੰ ਦਿਓ ਇਜਾਜ਼ਤ ਤੇ ਰੱਬ ਰੱਖ।